ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਉਮੀਦ ਹੈ ਤੁਸੀਂ ਵੀ ਸਾਡੇ ਨਾਲ ਜੁੜੋਗੇ। ਬਹੁਤ ਹੀ ਇੰਪੋਰਟੈਂਟ ਅੱਜ ਟੌਪਿਕ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਹਾਂ। ਪੰਜਾਬ ਦੇ ਵਿੱਚ ਖਾਸ ਕਰਕੇ ਹੁਣ ਇਲੈਕਸ਼ਨ ਸੀਜ਼ਨ ਚੱਲ ਰਿਹਾ ਅਤੇ ਵੱਖ ਵੱਖ ਪਾਰਟੀਜ਼ ਦੇ ਵਿੱਚ ਡਿਵੀਜ਼ਨਸ ਵੇਖਣ ਨੂੰ ਮਿਲ ਰਿਹਾ, ਕਲੇਸ਼ ਵੇਖਣ ਨੂੰ ਮਿਲ ਰਿਹਾ। ਸਭ ਤੋਂ ਵੱਡਾ ਕਲੇਸ਼ ਮੈਂ ਕਹਾਂਗੀ ਆਫਕੋਰਸ ਕਾਂਗਰਸ ਪਾਰਟੀ ਦੇ ਵਿੱਚ, ਕੈਪਟਨ ਅਮਰਿੰਦਰ ਅਤੇ ਨਵਜੋਤ ਸਿੰਘ ਸਿੱਧੂ ਦੇ ਵਿੱਚ ਪਲੇ ਆਊਟ ਹੋ ਰਿਹਾ ਇਸ ਵੇਲੇ। ਬਟ ਪੰਜਾਬ ਦੀ ਵੱਡੀ ਪਾਰਟੀਜ਼ ਸਿਰਫ ਕਾਂਗਰਸ ਐਂਡ ਅਕਾਲੀ ਦਲ ਨਹੀਂ, ਬੀਜੇਪੀ ਪਾਰਟੀ ਦੇ ਵਿੱਚ ਵੀ ਇੱਕ ਤਰ੍ਹਾਂ ਦਾ ਕਲੇਸ਼ ਵੇਖਣ ਨੂੰ ਮਿਲ ਰਿਹਾ। ਇਸ ਪਿਛਲੇ ਵੀਕਐਂਡ ਪੰਜਾਬ ਦੀ ਬੀਜੇਪੀ ਪਾਰਟੀ ਦੇ ਇੱਕ ਲੀਡਰ ਨੂੰ ਕੱਢਿਆ ਗਿਆ ਪਾਰਟੀ ਤੋਂ। ਉਹਦਾ ਕਾਰਨ ਦਿੱਤਾ ਗਿਆ ਕਿ ਉਹਨਾਂ ਨੇ ਐਂਟੀ ਪਾਰਟੀ ਕੁਛ ਸਟੇਟਮੈਂਟਸ, ਕੁਛ ਇੱਦਾਂ ਦੇ ਬਿਆਨ ਦਿੱਤੇ ਜੋ ਕੇਂਦਰ ਦੇ ਖਿਲਾਫ਼ ਅਤੇ ਪਾਰਟੀ ਦੇ ਖਿਲਾਫ਼ ਸੀਗੇ। ਇਹ ਜੋ ਇੱਕ ਐਕਸ਼ਨ ਸੀਗਾ ਪੰਜਾਬ ਦੀ ਬੀਜੇਪੀ ਵੱਲੋਂ, ਉਹਨਾਂ ਦੀ ਲੀਡਰਸ਼ਿਪ ਵੱਲੋਂ, ਇਹ ਨਾ ਕਿ ਸਿਰਫ ਪੰਜਾਬ ਜਾਂ ਕਿਸਾਨ ਅੰਦੋਲਨ ਦੇ ਨਾਲ ਜੁੜਿਆ ਹੋਇਆ, ਇਹ ਐਕਸ਼ਨ ਇੱਕ ਵੱਡੇ ਲੈਵਲ 'ਤੇ ਪਲੇ ਆਊਟ ਹੋ ਰਿਹਾ ਜੋ ਨੈਸ਼ਨਲ ਬੀਜੇਪੀ ਐਕਸ਼ਨਸ ਹੈਗੇ, ਸਟ੍ਰੈਟਜੀ ਹੈਗੀ, ਵਰਸਿਸ ਲੋਕਲ ਲੈਵਲ 'ਤੇ ਜੋ ਉਹਨਾਂ ਦੇ ਇਲੈਕਟਿਡ ਅਫੀਸ਼ਲਸ ਹੈਗੇ, ਜੋ ਲੋਕਲ ਲੀਡਰਸ ਹਨ, ਉਹਨਾਂ ਨੂੰ ਝੇਲਣਾ ਪੈ ਰਿਹਾ ਆਮ ਜਨਤਾ ਦੇ ਨਾਲ। ਸੋ ਇਹ ਜੋ ਡਿਵੀਜ਼ਨ ਹੈਗਾ, ਇਹਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਆਪਾਂ। ਅਤੇ ਸਾਡੇ ਨਾਲ ਜੁੜ ਰਹੇ ਹੈ ਪੰਜਾਬ ਤੋਂ ਉਹੀ ਬਾਗੀ ਲੀਡਰ ਜਿਨ੍ਹਾਂ ਨੂੰ ਬੀਜੇਪੀ ਨੇ ਕੱਢ ਦਿੱਤਾ, ਫੋਰਮਰ ਮਿਨਿਸਟਰ ਅਨਿਲ ਜੋਸ਼ੀ ਜੀ। ਸਭ ਤੋਂ ਪਹਿਲੇ ਅਨਿਲ ਜੋਸ਼ੀ ਜੀ, ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਆਸ਼ਮਤਾ ਜੀ। ਜੋਸ਼ੀ ਜੀ, ਤੁਹਾਡਾ ਆਪਾਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਟਾਈਮ ਕੱਢ ਕੇ ਜੁੜੇ, ਬਿਕੋਜ਼ ਤੁਹਾਡੇ ਇਹ ਜੋ ਪਿਛਲੇ ਕੁਛ ਦਿਨ ਰਹੇ ਹਨ, ਕਾਫੀ ਮੀਡੀਆ ਦੇ ਨਾਲ ਤੁਹਾਡਾ ਰਾਬਤਾ ਕਾਇਮ ਹੋ ਰਿਹਾ, ਖਾਸ ਕਰਕੇ ਜੋ ਰੀਸੈਂਟ ਇਵੈਂਟਸ ਹੋਈਆਂ ਤੁਹਾਡੇ ਨਾਲ। ਬੀਜੇਪੀ ਪਾਰਟੀ ਦੇ ਨਾਲ ਤੁਸੀਂ ਜੁੜੇ ਸੀ, ਹੁਣ ਤੁਸੀਂ ਇਸ ਪਾਰਟੀ ਦੇ ਨਾਲ ਨਹੀਂ ਜੁੜੇ ਹੋਏ, ਤੁਹਾਨੂੰ ਇੱਕ ਕਿਸਮ ਦਾ ਡਿਸਮਿਸਲ ਕੀਤਾ ਗਿਆ। ਸਭ ਤੋਂ ਪਹਿਲੇ ਜੋਸ਼ੀ ਜੀ, ਯੂ ਨੋ ਬਿਫੋਰ ਵੀ ਗੈਟ ਟੂ ਕਿ ਕਰੰਟ ਕੀ ਹੋ ਰਿਹਾ, ਅਪ ਟੂ ਡੇਟ ਇਵੈਂਟਸ ਕੀ ਹੈਗੀਆਂ, ਮੈਂ ਥੋੜ੍ਹਾ ਜਿਹਾ ਪਿੱਛੇ ਜਾਣਾ ਚਾਹਾਂਗੀ। ਜੋਸ਼ੀ ਜੀ, ਤੁਸੀਂ ਪੰਜਾਬ ਦੀ ਬੀਜੇਪੀ ਦੇ ਨਾਲ ਕਿੰਨੇ ਚਿਰ ਤੋਂ ਜੁੜੇ ਹੋਏ ਸੀ? ਅਸ਼ਮਤਾ ਜੀ, ਮੈਂ 35 ਸਾਲ 85 ਤੋਂ ਸਮਝ ਲਓ। ਹਾਲਤ ਨਹੀਂ, ਕੋਈ ਗੱਲ ਨਹੀਂ ਜੋਸ਼ੀ ਜੀ। ਰੀਸੈਂਟਲੀ ਇਹ ਜੋ ਹੁਣ ਤੁਹਾਡੇ ਨਾਲ ਵਾਪਰਿਆ, ਇਹਦੇ ਇਹਦਾ ਇੱਕ ਮੈਂ ਕਹਾਂਗੀ ਸਟਾਰਟਿੰਗ ਪੁਆਇੰਟ ਇੱਕ ਸ਼ੋ ਕੌਜ਼ ਨੋਟਿਸ ਸੀਗਾ। ਮੈਂ ਚਾਹਾਂਗੀ ਕਿ ਤੁਸੀਂ ਸਾਨੂੰ ਥੋੜ੍ਹਾ ਜਿਹਾ ਦੱਸੋ ਕਿ ਇਹ ਜੋ ਸ਼ੋ ਕੌਜ਼ ਨੋਟਿਸ ਇਸ਼ੂ ਕੀਤਾ ਗਿਆ ਤੁਹਾਡੇ ਖਿਲਾਫ਼ ਪਾਰਟੀ ਲੀਡਰਸ਼ਿਪ ਵੱਲੋਂ ਪੰਜਾਬ ਦੇ ਵਿੱਚ, ਉਹਦੇ ਵਿੱਚ ਕੀ ਕੁਛ ਲਿਖਿਆ ਸੀ? ਸ਼ੋ ਕੌਜ਼ ਨੋਟਿਸ ਦੇ ਵਿੱਚ ਇਹਨਾਂ ਨੇ ਇਹੀ ਲਿਖਿਆ ਜੀ, ਤੁਸੀਂ ਪੰਜਾਬ ਭਾਰਤੀ ਜਨਤਾ ਪਾਰਟੀ ਅਤੇ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀ ਪੋਲਿਸੀਜ਼ ਦੇ ਖਿਲਾਫ਼ ਬੋਲ ਰਹੇ ਜੇ ਮੀਡੀਆ 'ਚ ਜਾ ਕੇ, ਇਸ ਕਰਕੇ ਤੁਹਾਨੂੰ ਨੋਟਿਸ ਦਿੱਤਾ ਜਾਂਦਾ ਕਿ ਤੁਸੀਂ ਆਪਣਾ ਸਪਸ਼ਟੀਕਰਨ ਦਿਓ। ਫਿਰ ਮੈਂ ਉਹਦੇ ਜਵਾਬ ਫਿਰ 2 ਦਿਨ ਦਿੱਤੇ, ਮਤਲਬ ਜਿਸ ਤਰ੍ਹਾਂ ਅੱਜ ਆਇਆ ਅਤੇ ਕੱਲ੍ਹ ਰਾਤ 12 ਵਜੇ ਤੱਕ ਦਾ ਟਾਈਮ, ਮਤਲਬ 2 ਦਿਨ ਪੂਰੇ ਸਮਝ ਲਓ। ਅਤੇ ਅਗਲੇ ਦਿਨ ਫਿਰ ਮੈਂ 11 ਵਜੇ ਰਾਤੀ ਤੱਕ ਉਹਨਾਂ ਨੂੰ ਉਹ ਮੇਲ ਕਰਤਾ ਅਤੇ ਮੈਂ ਜਵਾਬ 'ਚ ਇਹੀ ਲਿਖਿਆ ਸੀ ਕਿ ਜੇ ਕੀ ਮਤਲਬ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਨਾ ਕੋਈ ਅਨੁਸ਼ਾਸਨਹੀਣਤਾ, ਕਾਰਜਕਰਤਾ ਨੂੰ ਜਿਹੜੀ ਮਾਰ ਪੈ ਰਹੀ ਆ, ਕੱਪੜੇ ਤੱਕ ਰਾਤ 'ਤੇ ਜਾ ਰਹੇ ਆ, ਰਾਤ ਰਾਤ ਜਿਸ ਤਰ੍ਹਾਂ ਬੰਧਕ ਬਣਾ ਕੇ ਰੱਖਿਆ ਰਾਜਪੁਰੇ 11 ਘੰਟੇ, ਸੁੱਖ 'ਤੇ 4 ਵਜੇ ਪੁਲਿਸ ਨੇ ਕਿਸ ਤਰ੍ਹਾਂ ਕੱਢਿਆ ਉਹਨਾਂ ਨੂੰ, ਅਤੇ ਮਾਰਕੁੱਟ ਵੀ ਬਹੁਤ ਜ਼ਿਆਦਾ ਹੋਈ, ਉਹਨਾਂ ਨੂੰ ਕਾਰਜਕਰਤਾ ਨੂੰ ਬਚਾਇਆ ਜਾਵੇ। ਅਤੇ ਮੈਂ ਇਹੀ ਲਿਖਿਆ ਸੀ ਕੀ ਕਾਰਜਕਰਤਾ ਨੂੰ ਬਚਾਉਣ ਦੀ ਗੱਲ ਕਰਨਾ ਕੋਈ ਅਨੁਸ਼ਾਸਨ ਹੀ, ਪਾਰਟੀ ਟੁੱਟ ਰਹੀ ਆ, ਪਾਰਟੀ ਦੇ ਲੋਕ ਛੱਡ ਕੇ ਜਾ ਰਹੇ ਆ, ਸਾਡਾ ਜਨਰਲ ਸੈਕਟਰੀ ਚਲੇ ਗਿਆ ਸ਼ੁਰੂ ਦੇ ਵਿੱਚ ਹੀ, ਮਾਲਵਿੰਦਰ ਕੰਗ,
ਫਿਰ ਉਸ ਤੋਂ ਬਾਅਦ ਇਹਨਾਂ ਦੀ ਅਸ਼ਵਨੀ ਪ੍ਰਧਾਨ ਜੀ ਜਿਹੜੇ ਸਾਡੇ ਅਸ਼ਵਨੀ ਸ਼ਰਮਾ ਜੀ ਜਿਹੜੇ ਬੀਜੇਪੀ ਪ੍ਰਧਾਨ ਉਹਨਾਂ ਦੀ ਟੀਮ ਦਾ ਖਾਸ ਉਹਨਾਂ ਦਾ ਦੋਸਤ ਸੀਗਾ ਤੇ ਸਿੱਖ ਚਿਹਰਾ ਕੋਈ ਜਿਹੜਾ ਸੀ ਉਹ ਮੇਨ ਮੇਜਰ ਸੀਗਾ ਉਹ ਜੱਟ ਸਿੱਖ ਉਹ ਵੀ ਚਲੇ ਗਿਆ। ਉਸ ਤੋਂ ਬਾਅਦ ਬਹੁਤ ਸਾਰੇ ਲੋਕ ਜਿਹੜੇ ਸਾਡੇ ਪਾਰਟੀ ਦੇ ਸੈਕੰਡ ਲਾਈਨ ਦੇ ਲੀਡਰ ਸੀਗੇ ਜ਼ਿਲ੍ਹਿਆਂ 'ਚ ਬੈਠੇ ਕਸਬਿਆਂ 'ਚ ਬੈਠੇ ਉਹ ਛੱਡ ਛੱਡ ਪਾਰਟੀ ਦੂਸਰੀਆਂ ਪਾਰਟੀਆਂ ਜੁਆਇਨ ਕਰ ਗਏ ਕਈਆਂ ਨੇ ਝੰਡੇ ਲਾ ਕੇ ਤੇ ਆਪਣਾ ਉਹ ਕਹਿ ਦਿੱਤਾ ਕਿ ਅਸੀਂ ਪਾਰਟੀ ਦੇ ਵਰਕਰ ਨਹੀਂ ਗਏ ਨਹੀਂ ਵੀ ਕਿਤੇ ਗਏ। ਪਾਰਟੀ ਮੈਂ ਕਿਹਾ ਟੁੱਟ ਰਹੀ ਹੈ ਮੈਂ ਪਾਰਟੀ ਨੂੰ ਬਚਾਉਣ ਦੀ ਗੱਲ ਕੀਤੀ ਵੀ ਆਪਾਂ ਇਹਨੂੰ ਬਚਾਈਏ ਇੰਨਾ ਲੰਬਾ ਮੈਂ ਕੰਮ ਕੀਤਾ ਪਾਰਟੀ 'ਚ ਦੁੱਖ ਹੁੰਦਾ ਤੇ ਉਹਦਾ ਇੱਕੋ ਹੀ ਤਰੀਕਾ ਵਾ ਵੀ ਆਪਾਂ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਨਾਲ ਖੜੇ ਹੋਈਏ ਤੇ ਕੀ ਪੰਜਾਬ ਦੀ ਗੱਲ ਕਰਨਾ ਕਾਰਜਕਰਤਾ ਨੂੰ ਬਚਾਉਣਾ ਪਾਰਟੀ ਨੂੰ ਟੁੱਟਣੋਂ ਬਚਾਉਣਾ ਕਾਰਜਕਰਤਾ ਦੀ ਜਿਹੜੀ ਬੇਇੱਜ਼ਤੀ ਹੋ ਰਹੀ ਆ ਜੋ ਉਹਨਾਂ ਨੂੰ ਮਾਰਕੁੱਟ ਹੋ ਰਹੀ ਆ ਉਹਨਾਂ ਨੂੰ ਬਚਾਉਣ ਦੀ ਗੱਲ ਕਰਨਾ ਇਹ ਜੇ ਅਨੁਸ਼ਾਸਨਹੀਣਤਾ ਤੇ ਇਹੀ ਜਵਾਬ ਮੈਂ ਦਿੱਤਾ ਸੀ ਪਰ ਉਹਨਾਂ ਨੇ ਇਹਨੂੰ ਸਮਝਿਆ ਵੀ ਇਹ ਵਾਕਿਆ ਅਨੁਸ਼ਾਸਨਹੀਣਤਾ ਇਸ ਕਰਕੇ ਅਗਲੇ ਦਿਨ ਉਹਨਾਂ ਨੇ जी ਛੱਡ जोशी जी ਦਿੱਤਾ। जोशी जी ऑफ कोर्स पंजाब दी एक अनोखी इत्थे स्थिति बन गई है बट की तुहानू लगदा है कि पंजाब दे विच बीजेपी अगर आपां कंपेयर करिए जो केंद्र सरकार या नैशनल लैवल ते पार्टी दे स्ट्रैटेजीज हैगियां उहनां दे विच किन्ना क फर्क है? ਬੀਜੇਪੀ ਪੰਜਾਬ ਤੇ ਸੈਂਟਰ ਦੇ ਜੀ ਇਹ ਤਾਂ ਮਤਲਬ ਮੈਂ ਸਮਝਿਆ ਨਹੀਂ ਕੁਐਸਚਨ ਤੁਹਾਡਾ जी बीजेपी दोबारा पंजाब दी जो स्ट्रैटेजी हैगी की ओ नेशनल लेवल पार्टी दी स्ट्रैटेजी दे नाल मिलदी है या उना दे विच कोई फर्क तुसी वेख सकदे हो? ना बीजेपी पंजाब उही बोलती है जो दिल्ली तो बोलिया जाता है मतलब यही खास गल यही है असी गुलाम मानसिकता ना अपने एरिए दी अपने इलाके दी गल नहीं कर सकते क्योंकि साडा असी ते फिर दिल्ली वाल नू वेखना हुंदा वी जो दिल्ली तो लीडर्स बोलते हैं ਉਹ ਅਸੀਂ ਬੋਲਾਂਗੇ ਤੇ ਠੀਕ ਹੈ ਨਹੀਂ ਤਾਂ ਅਨੁਸ਼ਾਸਨਹੀਣਤਾ ਵਾ ਅਸੀਂ ਉਹ ਮਤਲਬ ਜੋ ਉੱਥੋਂ ਹੋ ਰਿਹਾ ਵਾ ਵੀ ਫਾਰਮਰ ਲਾ ਬਣੇ ਉਹਦੇ ਤੇ 11 ਮਹੀਨੇ ਤੋਂ ਡਿਸਪਿਊਟ ਆ ਉਹਦਾ 11 ਮਹੀਨੇ 'ਚ ਕੋਈ 11 ਦੌਰ ਦੀ ਗੱਲਬਾਤ ਦੇ ਵਿੱਚ ਵੀ ਕੋਈ ਹੱਲ ਨਹੀਂ ਨਿਕਲਿਆ ਪੰਜਾਬ ਵੱਲੋਂ ਤੇ ਐਫਰਟ ਕੀਤਾ ਹੀ ਕੋਈ ਨਹੀਂ ਗਿਆ ਜੇ 3 ਮਹੀਨੇ ਜਦੋਂ ਇੱਥੇ ਪੰਜਾਬ 'ਚ ਬੈਠੇ ਸੀ ਫਾਰਮਰ ਤੇ ਉਸ ਟਾਈਮ ਤੇ ਇੱਥੇ ਟੋਲ ਬੈਰੀਅਰ ਤੇ ਸਟੇਸ਼ਨ ਤੇ ਬੈਠੇ ਟ੍ਰੇਨਾਂ ਬੰਦ ਕੀਤੀਆਂ ਸੀ ਉਸ ਵੇਲੇ ਅਗਰ ਪੰਜਾਬ ਦੀ ਬੀਜੇਪੀ ਇਹ ਇਨੀਸ਼ੀਏਟਿਵ ਲੈਂਦੀ ਕਿਸਾਨਾਂ ਕੋਲ ਜਾਂਦੀ ਉਹਨਾਂ ਦੀ ਡਿਮਾਂਡਸ ਪੁੱਛਦੀ ਕਿਉਂਕਿ ਡਿਮਾਂਡਸ ਦੋ ਹੀ ਸੀ ਜੀ ਓਪਨ ਡਿਮਾਂਡਸ ਸੀ ਉਹਨਾਂ ਨੇ ਕੀਤੀਆਂ ਜਿਹੜੀਆਂ ਕਿ ਇੱਕ ਜਿਹੜਾ ਵਾ ਆਪਣਾ ਕੰਟਰੈਕਟ ਫਾਰਮਿੰਗ ਦੇ ਵਿੱਚ ਇਹਨਾਂ ਨੇ ਇੱਕ ਚੀਜ਼ ਜਿਹੜੀ ਦਿੱਤੀ ਵੀ ਕੋਈ ਅਗਰ ਕੋਈ ਝਗੜਾ ਪੈ ਜਾਂਦਾ ਤੇ ਉਹ ਐਸਡੀਐਮ ਦੀ ਕੋਰਟ ਦੇ ਵਿੱਚ ਜਾ ਕੇ ਉੱਥੇ ਸੋਲਵ ਕਰਾਵੇ ਵੱਧ ਤੋਂ ਵੱਧ ਡੀਸੀ ਕਿਸਾਨ ਆਉਂਦੇ ਸੀਗੇ ਸਾਨੂੰ ਕੋਰਟ ਦਾ ਅਸੈਸ ਦਿਓ ਡੀਸੀ ਐਸਡੀਐਮ ਸਾਡੇ ਅਫਸਰ ਨਹੀਂ ਸੁਣਦੇ ਕਿਸੇ ਵੇਲੇ ਇਸ ਕਰਕੇ ਕੋਰਟ ਦੇ ਵਿੱਚ ਜਾ ਕੇ ਸਾਡਾ ਫੈਸਲਾ ਹੋਵੇ ਅਗਰ ਕੋਈ ਝਗੜਾ ਪੈ ਜਾਏ ਤੇ ਦੂਸਰੇ ਉਹ ਕਹਿੰਦੇ ਸੀ ਕਿ MSP ਜਿਹੜੀ ਆ ਉਹਦੀ ਗਰੰਟੀ ਦਿਓ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੇ MSP ਆਲਰੇਡੀ 100% ਆ ਪੈਡੀ ਵੀਟ ਦੋਵਾਂ ਦੀ 100% ਸਰਕਾਰੀ ਖਰੀਦ ਆ 100% ਸਰਕਾਰ ਖਰੀਦਦੀ ਆ ਤੇ ਸਰਕਾਰ ਹੀ ਪੈਸਾ ਦਿੰਦੀ ਆ ਉਹਨੂੰ ਹੀ ਦਿੰਦੇ ਆ MSP ਜਿਹੜੀ ਆ ਮਿਨੀਮਮ ਸਪੋਰਟ ਪ੍ਰਾਈਸ ਤੇ ਇਹ ਆਪਣਾ ਸਮਝ ਲਓ ਲਾਲ ਬਹਾਦਰ ਸ਼ਾਸਤਰੀ ਜੀ ਨੇ ਜੋ ਗ੍ਰੀਨ ਰੈਵੋਲਿਊਸ਼ਨ ਵਾਸਤੇ ਕਿਹਾ ਸੀ ਉਦੋਂ ਦਾ ਅਸ਼ੋਰਡ ਪ੍ਰਾਈਸ ਜਿਹੜਾ ਵਾ ਉਹਨਾਂ ਨੇ ਕਿਹਾ ਕੀਤਾ ਸੀ ਤੇ ਉਸ ਤੋਂ ਬਾਅਦ ਰੈਗੂਲਰ ਇਹ ਚੱਲਦਾ ਆ APMC ਐਕਟ ਬਣਿਆ ਮੰਡੀਆਂ ਜਿਹੜੀਆਂ ਕਾਇਮ ਹੋਈਆਂ ਤੇ ਉਹਦੇ 'ਚ ਜਿਹੜਾ ਇਹ ਸਿਸਟਮ ਤੇ ਇਹ ਆਲਰੇਡੀ 100% MSP ਜਿਹੜੀ ਆ ਪੰਜਾਬ 'ਚ ਆਉਂਦੀ ਆ ਇਹ ਕੋਈ ਵੱਡੀ ਡਿਮਾਂਡ ਨਹੀਂ ਸੀ ਅਗਰ ਇਹ ਪੰਜਾਬ ਦੀ ਬੀਜੇਪੀ ਉੱਥੇ ਇਨੀਸ਼ੀਏਟਿਵ ਲੈਂਦੀ ਉਹਨਾਂ ਕੋਲ ਜਾਂਦੀ ਤੇ ਇਹ ਮਸਲਾ ਇੱਥੇ ਹੱਲ ਹੋ ਜਾਣਾ ਪਰ ਇਹਦੀ ਬਜਾਏ ਉਹਨਾਂ ਨੇ ਕੇਂਦਰੀ ਲੀਡਰਸ਼ਿਪ ਨੂੰ ਇਹ ਝੂਠ ਬੋਲਿਆ ਕਿ ਕਿਸਾਨ ਬਹੁਤ ਖੁਸ਼ ਹੈ ਇਹਨਾਂ ਜਿਹੜੇ ਕਾਨੂੰਨ ਬਣੇ ਆ ਉਹ ਸਾਨੂੰ ਸਨਮਾਨਿਤ ਕਰ ਰਹੇ ਆ ਅਸੀਂ ਪਿੰਡਾਂ 'ਚ ਜਾ ਕੇ ਇਹ ਕਾਨੂੰਨਾਂ ਦਾ ਪ੍ਰਚਾਰ ਕਰ ਰਹੇ ਹਾਂ ਤੇ ਸਮਝਾ ਰਹੇ ਹਾਂ ਉਸ ਤੋਂ ਬਾਅਦ ਵਰਚੁਅਲ ਮੀਟਿੰਗਸ ਹੋਈਆਂ 10-12 ਸੈਂਟਰ ਦੇ ਜਿਹੜੇ ਮਿਨਿਸਟਰ ਸੀਗੇ ਉਹਨਾਂ ਨੇ ਵਰਚੁਅਲ ਮੀਟਿੰਗਸ ਦੇ ਵਿੱਚ ਕਿਸਾਨਾਂ ਨੂੰ ਸਮਝਾਇਆ ਉਹ ਜਿਹੜੇ ਪਾਰਟੀ ਨੇ ਜਿਹੜੇ ਕਿਸਾਨ ਬਣਾ ਕੇ ਪਾਏ ਉਹ ਅਸਲ 'ਚ ਕਿਸਾਨ ਨਹੀਂ ਸੀਗੇ ਉਹ ਪਾਰਟੀ ਦੇ ਕਾਰਜਕਰਤਾ ਸੀ ਤੇ ਪਾਰਟੀ ਦੇ ਕਾਰਜਕਰਤਾ 'ਚ ਕੁਛ ਤੇ ਸਿੱਖ ਚਿਹਰੇ ਹੈ ਹੀ ਆ ਜੀ ਬਾਕੀ ਜਿਹੜੇ ਆ ਉਹਨਾਂ ਨੇ ਕੁਛ ਪੱਗਾਂ ਪੁੱਗਾਂ ਬਣਾ ਕੇ ਉੱਥੇ ਬਹਾਦਤੇ ਵੀ ਇਹ ਵੀ ਕਿਸਾਨ ਹੈ ਹੁਣ ਪਾਰਟੀ ਦਾ ਕਾਰਜਕਰਤਾ ਜਿਹੜਾ ਹੈਗਾ ਵਾ ਉਹਨੂੰ ਉੱਥੋਂ ਸੈਂਟਰ ਲੀਡਰਸ਼ਿਪ ਸਮਝਾਈ ਜਾ ਰਹੀ ਹੈ ਤੇ ਉਹ ਇੰਜ ਕਹੀ ਜਾਂਦੇ ਆ ਵੀ ਬਹੁਤ ਵਧੀਆ ਬਹੁਤ ਵਧੀਆ ਉੱਥੇ ਸਾਹਮਣੇ ਬੈਠੇ ਜੋਸ਼ੀ ਜੀ ਮੈਂ ਇੱਥੇ ਸਾਰਾ ਤੁਹਾਨੂੰ ਝੂਠ ਹਾਂਜੀ ਬੋਲਿਆ ਜੋਸ਼ੀ ਜੀ ਮੈਂ ਇੱਥੇ ਤੁਹਾਨੂੰ ਥੋੜ੍ਹਾ ਜਿਹਾ ਰੋਕਣਾ ਚਾਹੁੰਦੀ ਬਿਕੋਜ਼ ਤੁਹਾਡਾ ਜੋ ਇਹ ਐਲਾਨ ਹੈਗਾ ਕਿ ਇਹਦੇ ਤੇ ਮੈਂ ਇੱਕ ਵਾਰੀ ਯੂ ਨੋ ਥੋੜ੍ਹਾ ਜਿਹਾ ਹੋਰ ਗੌਰ ਕਰਨਾ ਚਾਹੁੰਦੀ ਤੁਹਾਡਾ ਇਹ ਕਹਿਣਾ ਕਿ
ਜੋ ਪੰਜਾਬ ਦੀ ਸਟੇਟ ਲੈਵਲ ਦੀ ਲੀਡਰਸ਼ਿਪ ਹੈਗੀ ਉਹ ਇੱਕ ਕਿਸਮ ਦੀ ਗਲਤ ਫਹਿਮੀ ਗਲਤ ਇਨਫੋਰਮੇਸ਼ਨ ਕੇਂਦਰ ਤੱਕ ਪਹੁੰਚਾ ਰਹੀ ਹੈ ਅਤੇ ਉਹਦੇ ਕਰਕੇ ਇਹ ਅੰਦੋਲਨ ਜਿੱਥੇ ਸਟੇਟ ਲੈਵਲ 'ਤੇ ਰਿਜ਼ੋਲਵ ਹੋ ਸਕਦਾ ਸੀ ਸਾਲ ਪਹਿਲੇ ਰਿਜ਼ੋਲਵ ਹੋ ਸਕਦਾ ਸੀ ਅਜੇ ਤੱਕ ਉੱਥੇ ਸਾਡੇ ਕਿਸਾਨ ਸਰਹੱਦਾਂ 'ਤੇ ਬੈਠੇ ਹੋਏ ਹੈ ਇਹਦੇ ਕਰਕੇ ਇਹਦੇ ਬਾਰੇ ਮੈਂ ਹੋਰ ਤੁਹਾਡੇ ਤੋਂ ਦੋ ਤਿੰਨ ਸਵਾਲ ਪੁੱਛਣਾ ਚਾਹੁੰਦੀ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਹੈ ਅਨਿਲ ਜੋਸ਼ੀ ਜੀ ਫੋਰਮਰ ਬੀਜੇਪੀ ਲੀਡਰ ਪੰਜਾਬ ਸਟੇਟ ਤੋਂ ਸਾਡੇ ਨਾਲ ਜੁੜੇ ਹਨ ਜੋਸ਼ੀ ਜੀ ਇਸ ਤਰ੍ਹਾਂ ਜੁੜੇ ਰਹੋ ਵਿਊਅਰਸ ਤੁਸੀਂ ਵੀ ਕਿਤੇ ਨਾ ਜਾਓ ਤੁਹਾਡੀ ਕਾਲਸ ਵੀ ਚੁੱਕਾਂਗੇ ਮਿਲਦੇ ਹਾਂ ਬ੍ਰੇਕ ਤੋਂ ਉਸ ਪਾਰ ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਅਤੇ ਗੱਲ ਹੋ ਰਹੀ ਹੈ ਕਿ ਪੰਜਾਬ ਦੇ ਵਿੱਚ ਜੋ ਵੱਡੀ ਪਾਰਟੀਆਂ ਹੈਗੀਆਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦਾ ਦਰਾਰ ਪੈ ਰਿਹਾ ਕਿਸ ਤਰ੍ਹਾਂ ਦਾ ਕਲੇਸ਼ ਵੇਖਣ ਨੂੰ ਮਿਲ ਰਿਹਾ ਕਾਂਗਰਸ ਦੀ ਤਾਂ ਗੱਲ ਤੁਸੀਂ ਵੇਖ ਹੀ ਰਹੇ ਹੋ ਬਟ ਹੁਣ ਬੀਜੇਪੀ ਦੀ ਗੱਲ ਹੋ ਰਹੀ ਹੈ ਪੰਜਾਬ ਦੇ ਵਿੱਚ ਬੀਜੇਪੀ ਦੇ ਵਿੱਚ ਕਿਸ ਤਰ੍ਹਾਂ ਦਾ ਦਰਾਰ ਪੈ ਰਿਹਾ ਕਿ ਲੋਕਲ ਲੈਵਲ ਸਟੇਟ ਲੈਵਲ ਦੇ ਜੋ ਵੀ ਮਸਲੇ ਹੈਗੇ ਉਹਨਾਂ ਦੀ ਸਹੀ ਗੱਲ ਕੀ ਦੱਸੀ ਜਾ ਰਹੀ ਹੈ ਕੇਂਦਰ ਸਰਕਾਰ ਨੂੰ ਅਤੇ ਨੈਸ਼ਨਲ ਲੈਵਲ ਦੀ ਜੋ ਸਟ੍ਰੈਟਜੀ ਹੈਗੀ ਉਹ ਕਿੱਥੇ ਤੱਕ ਪੰਜਾਬ ਦੇ ਲੋਕਲ ਮਸਲਿਆਂ ਨੂੰ ਕੰਸਿਡਰ ਕਰਦੀ ਹੈ ਖਾਸ ਕਰਕੇ ਜਿੱਥੇ ਕਿਸਾਨ ਅੰਦੋਲਨ ਦੀ ਗੱਲ ਆਉਂਦੀ ਹੈ ਇਸ ਡਿਸਕਸ਼ਨ 'ਤੇ ਸਾਡੇ ਨਾਲ ਟੋਪਿਕ 'ਤੇ ਡਿਸਕਸ਼ਨ ਕਰਨ ਲਈ ਜੁੜੇ ਹਨ ਪੰਜਾਬ ਤੋਂ ਫੋਰਮਰ ਬੀਜੇਪੀ ਦੇ ਇੱਕ ਲੀਡਰ ਫੋਰਮਰ ਮਿਨਿਸਟਰ ਅਨਿਲ ਜੋਸ਼ੀ ਜੀ ਅਨਿਲ ਜੋਸ਼ੀ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੋਸ਼ੀ ਜੀ ਤੁਸੀਂ ਸਾਨੂੰ ਬ੍ਰੇਕ ਤੋਂ ਪਹਿਲੇ ਦੱਸ ਰਹੇ ਸੀ ਕਿ ਜੋ ਸਟੇਟ ਲੀਡਰਸ਼ਿਪ ਹੈਗੀ ਬੀਜੇਪੀ ਦੀ ਉਹਨਾਂ ਨੇ ਇੱਕ ਕਿਸਮ ਦੀ ਮਿਸਇਨਫੋਰਮੇਸ਼ਨ ਦਿੱਤੀ ਕੇਂਦਰ ਨੂੰ ਅਤੇ ਉਹਨਾਂ ਨੂੰ ਮਿਸਗਾਈਡ ਕੀਤਾ ਸਭ ਤੋਂ ਪਹਿਲੇ ਤਾਂ ਇੱਥੇ ਇਹ ਸਵਾਲ ਬਣਦਾ ਹੈ ਕਿ ਮਿਸਗਾਈਡ ਉਹਨਾਂ ਨੇ ਜਾਣ ਬੁੱਝ ਕੇ ਕੀਤਾ ਜਾਂ ਕੀ ਉਹਨਾਂ ਦੀ ਆਪ ਦੀ ਇਹ ਇਗਨੋਰੈਂਸ ਸੀਗੀ ਹਾਂਜੀ ਇਹਨਾਂ ਨੂੰ ਇਸ ਇਹਦਾ ਲੈਵਲ ਚੈੱਕ ਨਹੀਂ ਕਰ ਪਾਏ ਕਿ ਇਹਦਾ ਟੈਂਪਰਾਮੈਂਟ ਕੀ ਹੈਗਾ ਵਾ ਕਿੰਨਾ ਕੁ ਥੱਲੇ ਜਿਹੜਾ ਅੰਡਰ ਕਰੰਟ ਜਿਹੜਾ ਕਿੰਨਾ ਵਾ ਫਾਰਮਰਸ ਕਿੰਨੇ ਕੁ ਗੁੱਸੇ 'ਚ ਆ ਕਿਉਂਕਿ ਜਦੋਂ ਅਸੀਂ ਕਿਸੇ ਕੋਲ ਜਾਂਦੇ ਨਹੀਂ ਹਾਂ ਸਾਨੂੰ ਮਸਲੇ ਦਾ ਪਤਾ ਨਹੀਂ ਲੱਗ ਸਕਦਾ ਦੂਰੋਂ ਬੈਠ ਕੇ ਅਤੇ ਆਪਾਂ ਇਹ ਸੋਚ ਸਕਦੇ ਹਾਂ ਵੀ ਇੰਝ ਬੈਠੇ ਥੋੜ੍ਹੇ ਜਿਹੇ ਲੋਕ ਕੋਈ ਗੱਲ ਨਹੀਂ ਪੰਜਾਬ 'ਤੇ ਬੜਾ ਵੱਡਾ ਇਹਦੀ ਆਬਾਦੀ ਜਿਹੜੀ ਆ ਤਕਰੀਬਨ 3 ਕਰੋੜ ਦੇ ਕਰੀਬ ਆ ਪਰ ਇਹ ਆ ਕਿ ਇਹ ਜਿਹੜੇ ਲੋਕ ਬੈਠੇ ਆ ਇਹ ਕੋਈ ਇਹੀ ਕਹਿੰਦੇ ਵੀ ਇਹੀ ਰਹੇ ਇੱਕ ਥੋੜ੍ਹੇ ਕਾਮਰੇਡ ਆ ਥੋੜ੍ਹੇ ਨਕਸਲਾਈਟ ਆ ਫਲਾਨਾ ਢੀਂਗੜਾ ਇਹ ਇਸ ਤਰ੍ਹਾਂ ਦੀ ਗੱਲ ਕਰਦੇ ਰਹੇ ਪਰ ਅਸਲ ਦੇ ਵਿੱਚ ਜਿਹੜਾ ਵਾ ਇਹਨਾਂ ਨੂੰ ਜਾਣਾ ਚਾਹੀਦਾ ਸੀ ਉਸ ਵੇਲੇ ਜੇ ਇਹ ਜਾਂਦੇ ਤੇ ਉਦੋਂ ਇੱਥੇ ਹੀ ਮਸਲਾ ਹੱਲ ਹੋ ਜਾਣਾ ਸੀ ਇੰਨੇ 500 ਦੇ ਕਰੀਬ ਜਿਹੜੇ ਕਿਸਾਨ ਜਿਹੜੇ ਜਿਹਨਾਂ ਦੀਆਂ ਡੈਥ ਹੋਈਆਂ ਜਿਹਨਾਂ ਦੀਆਂ ਸ਼ਹੀਦੀਆਂ ਹੋਈਆਂ ਉਹ ਨਹੀਂ ਸੀ ਹੋਣੀਆਂ ਇਹ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਇਹ ਪ੍ਰਦਰਸ਼ਨ ਹੋਏ ਨਹੀਂ ਸੀ ਹੋਣੇ ਸਰਕਾਰ ਦੀ ਸਗੋਂ ਕਿਰਕਰੀ ਹੋਈ ਜਿਹੜੀ ਸੈਂਟਰ ਸਰਕਾਰ ਦੀ ਮੋਦੀ ਸਾਹਿਬ ਤੇ ਮੈਂ ਹਮੇਸ਼ਾ ਹੀ ਇਹਨਾਂ ਬਹੁਤ ਵਧੀਆ ਉਹਨਾਂ ਨੇ ਕੰਮ ਕੀਤਾ ਪਰ ਇਹ ਫਾਰਮਰ ਲਾ ਦੇ ਉੱਤੇ ਡਿਸਪਿਊਟ ਜਿਹੜਾ ਵਾ ਇਹਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਵਾ ਉਹ ਸਮਝ ਲਓ ਖਾਸ ਕਰਕੇ ਇੰਡੀਅਨਸ ਜਿਹੜੇ ਆ ਉਹਨਾਂ ਦਾ ਤਾਂ ਧਿਆਨ ਹੁੰਦਾ ਹੀ ਹਿੰਦੁਸਤਾਨ 'ਚ ਕੀ ਹੋ ਰਿਹਾ ਅਤੇ ਇਹ 11 ਮਹੀਨੇ ਦਾ ਇੱਕ ਅੰਦੋਲਨ ਕੋਈ ਛੋਟੀ ਗੱਲ ਥੋੜ੍ਹੀ ਇੱਕ ਸਾਲ ਹੋ ਜਾਵੇ ਜਿਸ ਅੰਦੋਲਨ ਨੂੰ ਅਤੇ ਉਹਦਾ ਕੋਈ ਹਾਲੇ ਵੀ ਹੱਲ ਨਜ਼ਰ ਨਾ ਆਵੇ ਇਹ ਸਾਰੀ ਨੈਗਲੀਜੈਂਸ ਜਿਹੜੀ ਹੈਗੀ ਆ ਇਹ ਪੰਜਾਬ ਯੂਨਿਟ ਦੀ ਆ ਇਹ ਕਹਿਣ ਦੀ ਬਜਾਏ ਵੀ ਉੱਥੇ ਉਹਨਾਂ ਨਾਲ ਗੱਲਬਾਤ ਕਰੋ ਇਹਨਾਂ ਦਾ ਤਾਲਮੇਲ ਕਰਾਉਂਦੇ ਕਿਸਾਨਾਂ ਨਾਲ ਗੱਲ ਕਰਦੇ ਉੱਧਰੋਂ ਉੱਧਰ ਦਿੱਲੀ ਗੱਲ ਕਰਦੇ ਅਤੇ ਆਪਸ ਦੇ ਵਿੱਚ ਬਿਠਾਉਂਦੇ ਇਹ ਇਹੀ ਕਹਿੰਦੇ ਰਹੇ ਵੀ ਕਾਨੂੰਨ ਬਹੁਤ ਚੰਗੇ ਲੋਕ ਬਹੁਤ ਖੁਸ਼ ਆ ਅਤੇ ਉਹਨਾਂ ਨੂੰ ਇਨਫੋਰਮੇਸ਼ਨ ਗਲਤ ਦਿੰਦੇ ਰਹੇ ਅਤੇ ਇਹਨਾਂ ਨੇ ਜਾਂ ਤਾਂ ਫਿਰ ਆਪਣਾ ਲੈਵਲ ਹੀ ਨਹੀਂ ਸਮਝਿਆ ਇੱਥੋਂ ਦੀ ਜਿਹੜੀ ਟੀਮ ਹੈਗੀ ਆ ਇਸ ਵੇਲੇ ਜਿਹੜੀ ਮੌਜੂਦਾ ਅਸ਼ਵਨੀ ਸ਼ਰਮਾ ਅਤੇ ਉਹਦੀ ਟੀਮ ਜਿਹੜੀ ਹੈਗੀ ਆ ਕਿ ਉਹਨਾਂ ਨੇ ਇਹ ਲੈਵਲ ਹੀ ਨਹੀਂ ਆਪਣਾ ਸਮਝਿਆ ਵੀ ਇਹ ਜਿਹੜੇ ਫਾਰਮਰ ਲਾ ਆਏ ਆ ਇਹ ਸਾਡਾ ਲੈਵਲ ਆ ਦਿੱਲੀ ਜਾ ਕੇ ਅਸੀਂ ਗੱਲ ਕਰੀਏ ਕਿਉਂਕਿ ਪੰਜਾਬ ਕਿਉਂਕਿ ਇੱਕ ਨੰਬਰ ਇੱਕ ਤਾਂ ਬਹੁਤ ਜ਼ਿਆਦਾ ਭਾਅ ਲੰਬਾ ਚੌੜਾ ਕਿਉਂਕਿ ਅਸੀਂ ਕਲਿਸ਼ਨ ਦੇ ਵਿੱਚ ਇਲੈਕਸ਼ਨ ਲੜਦੇ ਰਹੇ ਹਾਂ ਅਤੇ ਕੇਂਦਰ ਦਾ ਬਹੁਤ ਜ਼ਿਆਦਾ ਧਿਆਨ ਜਿਹੜੀਆਂ ਪਾਰਟੀਆਂ ਸੈਂਟਰ ਲੀਡਰਸ਼ਿਪ ਜਿਹੜੀ ਉਹ ਬਹੁਤਾ ਧਿਆਨ ਨਹੀਂ ਦਿੰਦੀ ਵੀ 23 ਸੀਟਾਂ ਅਸੀਂ ਲੜਦੇ ਸੀ 5ਵੇਂ ਹਿੱਸੇ ਦੇ ਵਿੱਚ ਅਕਾਲੀ ਦਲ ਨਾਲ ਕਲਿਸ਼ਨ 'ਚ ਉਸ ਵਕਤ 3 ਅਸੀਂ ਪਾਰਲੀਮੈਂਟ ਮੈਂਬਰ ਲੜਦੇ ਸੀ ਕਦੀ 2 ਜਿੱਤ ਗਏ ਕਦੀ 1 ਜਿੱਤ ਗਿਆ ਇਸ ਕਰਕੇ ਬਹੁਤ ਜ਼ਿਆਦਾ ਜਿਹੜਾ ਇੰਪੋਰਟੈਂਸ ਪੰਜਾਬ ਦੀ ਜਿਹੜੀ ਆ ਨਾ ਬੀਜੇਪੀ ਪੋਲੀਟਿਕਸ ਦੇ ਵਿੱਚ ਦਿੱਲੀ ਵਾਲਿਆਂ ਨੂੰ ਲੱਗਦੀ ਨਹੀਂ ਇਸ ਕਰਕੇ ਉਹਨਾਂ ਨੇ ਵੀ ਇਹਨਾਂ ਨੂੰ ਲੀਡਰਸ ਨੂੰ ਸਾਡੇ ਨੂੰ ਇੰਨੀ ਕੋਈ ਵੇਟੇਜ ਮਿਲਦੀ ਨਹੀਂ ਉੱਥੇ ਅਤੇ ਇਹਨਾਂ ਨੇ ਵੀ ਜਿਹੜਾ ਵਾ ਇਹੀ ਸੋਚਿਆ ਵੀ ਸਾਡੀ ਪਤਾ ਨਹੀਂ ਗੱਲ ਉਹਨਾਂ ਨੇ ਸੁਣਨੀ ਕਿ ਨਹੀਂ ਸੁਣਨੀ ਉਹਨਾਂ ਨੇ ਇਹ ਜਿਹੜੇ ਕਾਨੂੰਨ ਬਣਾਏ ਆ ਅਸੀਂ ਜ਼ੋਰ ਲਾ ਕੇ ਲੋਕਾਂ ਦੇ ਦਿਮਾਗ 'ਚ ਇਹੀ ਪਾਈਏ ਵੀ ਇਹ ਚੰਗੇ ਆ ਪਰ ਉਹ ਕੋਸ਼ਿਸ਼ ਇਹਨਾਂ ਦੀ ਨਾਕਾਮ ਹੋਈ ਤੇ ਇਹਨਾਂ ਨੇ ਇਹ ਡਿਸਪਿਊਟ ਜਿਹੜਾ ਵਾ ਵਧਣ ਦੇ ਵਿੱਚ ਇਹਦਾ ਕਾਰਨ ਇਹੀ ਬਣਿਆ ਵੀ ਜਿਹੜੀ ਉਹ ਟਾਈਮ ਸੀ ਉਹ ਸੋਲਵ ਹੁੰਦਾ ਜੀ ਜੋਸ਼ੀ ਜੀ ਤੁਹਾਡਾ ਜੋ ਡਿਪਾਰਚਰ ਤੁਹਾਡਾ ਐਗਜ਼ਿਟ ਇਸ ਪਾਰਟੀ ਤੋਂ ਉਹ ਤਾਂ ਕਾਫੀ ਰੀਸੈਂਟ ਇਸ ਪਿਛਲੇ ਹਫਤੇ ਦੀ ਗੱਲ ਹੈਗੀ ਬਟ ਜੋ ਤੁਸੀਂ ਐਕਸ਼ਨਸ ਦੀ ਗੱਲ ਕਰ ਰਹੇ ਹੋ ਜਿਸ ਕਮਿਊਨੀਕੇਸ਼ਨ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਪਿਛਲੇ ਸਾਲ ਦੀ ਗੱਲ ਹੈਗੀ ਉਸ ਵੇਲੇ
ਤੁਹਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕੋਸ਼ਿਸ਼ ਸੀਗੀ ਕਿ ਸਹੀ ਜਾਣਕਾਰੀ ਜਾਂ ਟੈਂਪਰਮੈਂਟ ਬਾਰੇ ਜੋ ਸਹੀ ਇਨਫੋਰਮੇਸ਼ਨ ਹੈਗੀ ਉਹ ਕੇਂਦਰ ਤੱਕ ਪਹੁੰਚਾਈ ਜਾਏ? हाँ जी अशमता जी, मैं गया सी, मैं उत्थे दिल्ली गया अक्तूबर महीने दे विच, दिवाली तो पिछली दिवाली तो पहला उदो इत्थे पंजाब जी सीगे। फिर मैं दो तीन लीडर्स दे नाल गल कीती, अपने मिनिस्टर दे नाल गल कीती, संगठन दे भी एक वड्डे नेता उन्हां नाल भी गल कीती, पर उन्होंने भी मैनू लगा कि उन्होंने तो कहता भी एक इंच भी पीछे नहीं हटना है, आप जाके किसानों को समझाओ, नहीं तो हम मिनिस्टर्स की ड्यूटी लगाएंगे तो वो समझाएंगे। फिर मैं सोचा कि मेरे कोई एहो जी जिम्मेवारी इस वेले कोई एहो जी मतलब है नहीं गी, क्योंकि मैं पार्टी संगठन च कोई एक्स मिनिस्टर कोई एडी कोई ये नहीं हुंदा कि वो कोई जिम्मेवारी हुंदी है, प्रधान जनरल सैकटरी पूरा एक कोर कमेटी बनाई है इन्होंने उहदा, तो मैं फिर मैं क्या उत्थे जाके गल करदे आ। फिर मैं प्रधान जी नूं इत्थे पंजाब दे विच ही बहुत वारी किया, मैं कहा कि मैं चलो जो 23 इलेक्शन लड़ते हैं जोड़े वो अपने आप से तो ठीक ही लगते ना कि जितन वाले होंगे, इस करके आपू टिकट देने तो ग्राउंड से वर्क करने वाले होंगे, उन्होंने फीडबैक भी ज्यादा होंगी, लोग उन्होंने मिलते हैं, वो लोगों से रेंगे जिन्होंने इलेक्शन लड़निया, संगठन वाले जोड़े वो दफ्तर ऑफिस रेंगे तो दूजे फील्ड रेंगे जिन्हें इलेक्शन लड़निया, तो मैं 23 लोगों को बुला के उन्होंने व्यू पॉइंट नोट करो फिर जाके दिल्ली गल करो, नहीं तो सानू भी नाल लै जाओ अपनी कोर कमेटी 23 है और 5-7-10 जो लीडर है 50-60 भी टीम हो जाऊगी, 5 जने अगे चलो घट तो घट पंजाब के किसानों या पंजाब में साड़ी सिंसियरिटी शो तो हो कि असी इस जोड़ा अंदोलन है वो वास्ते कुछ करते पे हाँ, असी वास्ते कोई कोशिश करते पे हाँ, पर वो भी जी अज तक इन्होंने वो 23 बंद मीटिंग अज तक भी नहीं बुलाई, मतलब कोई मैनू ये समझ नहीं आई भी इन्होंने क्यों सारी पार्टी का व्यू नहीं लिया, जबकि जो मैं कार्यकारिणी की मीटिंग मार्च के ओपन फिर बोलिया बार बार कहते कि मीटिंग बुलाओ साड़ी भी गल सुनो असी कुछ कहना चाहते हैं जो होर कार्यकर्ता भी कहना चाहते हैं, तो फिर मैं मार्च के जो ओपन बोलिया फिर इन्हों थोड़ा गुस्सा लगा, फिर बाकी कार्यकर्ता जोड़े आई अलर्ट हो और उन्होंने मैं बधाई भी दी, उन्होंने मेरे नाल गल की कुछ फोन पर कई ने उ दो हॉल दे विच, क्योंकि कोविड का टाइम से दो हॉल दे विच सोशल डिस्टेंसिंग दे नाल मीटिंग हो रही थी, एक हॉल साढ़े लागे से उत्थे चंडीगढ़ बीजेप ऑफिस के उत्थे बैठे से अद्धे लोग, वो दूसरे हॉल दे विच ताड़ियां वज्जियां इस गल ते भी मैं कार्यकर्ता दे मन की गल की है, तो मैंने सब ने कहा तुसी साढ़े मन की गल की है, असी बड़े औखे हाँ, साढ़े घर अगे धरने लगने शुरू हो गए, साढ़े कारोबार साढ़े सोशल बाइकाट होना शुरू हो गया, इस करके सानू उदों तो यह दिल्ली जा चुके सी, जिहड़ी पहली गल अक्तूबर की है उदों इत्थे ही सी पंजाब सीगे, उस तो बाद मार्च की गल की उदों बीजेपी के लीडर के घर के बाहर धरने लग गए, उन्होंने कारोबार जोड़े आ कोई किसी की एजेंसी आ किसी की कोई दुकान आदि अगे लग गए, इस करके उस वेले बहुत औखे से वर्कर, उन्होंने बाहर निकलना मुश्किल हो गया, उन्होंने गालां सुननिया पईआं, उन्होंने जो भी निकलते नारे लगते सी पोलीटिकल प्रोग्राम तो दूर अपने निजी जिंदगी दे विच जो करदे आ उहदे च भी उन्होंने मुश्किल आनी शुरू हो गई, इस करके उन्होंने मैनूं इह कहा कि तुसीं साडे मन की गल की असीं कह नहीं पाते ना ही सुनते हैं, इन्होंने पता नहीं की अखां ते पट्टी बन ली भी इन्होंने किसी की गल ना वर्कर की सुनी तो ना पबलिक का की टैंपरमेंट आ की मुश्किल आ, क्योंकि ये मैं ये समझदा 1.5 साल तो साडी पार्टी के लीडर जिहड़े आ लोकां च गए ही नहीं, पहला कोविड का टाइम से पिछली मार्च तो शुरू होया जी, ते उस तो बाद जरा फार्मर जरा ये शुरू हो गया बच्चे ही 1.5 साल तो जेडे लोग जेडी पार्टी लोगों च नहीं गई उन्होंने लोगों के हाल का की पता होगा, लोगों की भावना का की पता होगा, घरों ऑफिस जाते हैं चंडीगढ़ सिक्योरिटी के नाल ऑफिस तो घर चल जाते हैं, तो उत्थे दफ्तर दे विच ही आपस गल्लां बातां करके सारा पार्टी का काम कर रहे, जिन्नियां इन्होंने इस दौरान मीटिंग्स कीतियां 98% या 95% वर्चुअल मीटिंग्स की हैं, तो इस तरह बह के आप मीटिंग कर दें कार्यकर्ता घर बैठा वा तो नाल ही उन्होंने ऑर्डर कर दें भी तुसी जाके यह प्रोग्राम करके आओ, मोदी साहब की सरकार के 7 साल हो गया तो तुसी सेवा सप्ताह मना के आओ, उत्थे कैंप लाओ मैडिकल कैंप लाओ, दूजे वो जेडे कोई किसी ने खूनदान कैंप लाया, एक साड़ी महिला प्रेजिडेंट हैगी मैं फोन है भी सानू 7 घंटे उन्होंने अंदर बंद रखिया किसानों ने, तो पुलिस ने हाथ हथ जोड़ के कढ़िया भी ये लेडीज है, इस करके यह पोजिशन जी है ना ये इन्हों ये भी नहीं समझ आई, फिर कल गल करता पाया एक मेरे दोस्त के नाल एक लीडर तुहानू मैं दसदा जी
ਫੋਨ ਦਿੱਤੇ, ਉਹ ਮੇਰੇ ਨਾਲ ਆ, ਉਹਨੇ ਵੀ ਮੇਰੀ ਗੱਲ ਦੀ ਪ੍ਰੋੜਤਾ ਕੀਤੀ ਆ ਤੇ ਆਪਣਾ ਉਹਦੇ ਨਾਲ ਗੱਲ ਕਰਦਾ ਪਿਆ ਸੀ ਇੱਕ ਜਨਰਲ ਸੈਕਟਰੀ ਵੀ ਤੁਸੀਂ ਆਪਣਾ, ਉਹਨੇ ਗੱਲ ਕੀਤੀ, ਉਹਨੇ ਕਿਹਾ ਜੀ ਤੁਸੀਂ ਆੜ੍ਹਤੀਆਂ ਨੂੰ ਵਿਚੋਲੀਏ ਕਹਿੰਦੇ ਜੇ, ਹਾਂਜੀ ਤੁਸੀਂ ਕਿਸੇ ਜੇ ਕੋਈ ਗੱਲ ਕਰਨੀ ਆ ਜਿਹੜੇ ਭਾਸ਼ਾ ਉਹਦਾ ਸਨਮਾਨ ਤੇ ਰੱਖੋ। ਕਿਸੇ ਬੰਦੇ ਨੇ ਇੱਕ ਇੱਕ ਆੜ੍ਹਤੀਆਂ ਨੇ ਇੱਕ ਲੰਬਾ ਸਿਸਟਮ ਪਹਿਲਾਂ ਪਿੰਡਾਂ ਦੇ ਵਿੱਚ ਜਿਹੜਾ ਨਾ ਉਹ ਸ਼ਾਹੂਕਾਰ ਸਿਸਟਮ ਹੁੰਦਾ ਸੀ ਵੀ ਲੋਕ ਆਪਣੀ ਗਰਜ਼ ਉਹਨਾਂ ਕੋਲ ਪੂਰੀ ਕਰਦੇ ਸੀ ਸਾਰੇ ਸਾਲ, ਉਹਨਾਂ ਕੋਲ ਜਿੰਨਾ ਚਿਰ ਫਸਲ ਨਹੀਂ ਆਉਂਦੀ ਕੋਈ ਸੌਦਾ ਕੋਈ ਪੈਸੇ ਕੋਈ ਵਿਆਹ ਸ਼ਾਦੀ ਉਹਨਾਂ ਕੋਲ, ਉਸ ਤੋਂ ਬਾਅਦ ਜਦੋਂ ਫਸਲ ਆਉਣੀ ਫਸਲ ਸ਼ਾਹੂਕਾਰ ਦੇ ਕੋਲ ਆ ਜਾਣੀ ਸਾਰੀ। ਮੈਂ ਤੁਹਾਨੂੰ ਇੱਕ ਜਿਹੜੀ ਦੱਸਣ ਲੱਗਾ ਵੀ ਕਿਸ ਤਰ੍ਹਾਂ ਦਾ ਵਾਤਾਵਰਨ ਇੱਥੇ ਪਾਰਟੀ ਦੇ ਵਿੱਚ ਆ ਜੀ। ਤੇ ਉਸ ਤੋਂ ਬਾਅਦ ਆੜ੍ਹਤੀ ਸਿਸਟਮ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵਾ ਵੀ ਲਾਲ ਬਹਾਦਰ ਸ਼ਾਸਤਰੀ ਜੀ ਤੋਂ। ਉਸ ਤੋਂ ਬਾਅਦ ਸਟੇਟਾਂ ਨੇ APMC ਐਕਟ ਜਿਸ ਤਰ੍ਹਾਂ ਪੰਜਾਬ ਦੇ ਇਹਨਾਂ ਨੇ ਬਣਾਤਾ ਤੇ ਉਸ ਵੇਲੇ ਰਜਿਸਟਰਡ ਆੜ੍ਹਤੀ ਸਰਕਾਰ ਕੋਲ ਰਜਿਸਟਰੇਸ਼ਨ ਹੁੰਦੀ ਆ ਉਹਨਾਂ ਦੀ ਤੇ ਸਰਕਾਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਜਿਹੜਾ ਕਮਿਸ਼ਨ ਦਿੰਦੀ ਹੈ 2.5% ਇੱਥੇ ਪੰਜਾਬ 'ਚ ਜਾਂ ਹਰਿਆਣੇ 'ਚ ਜੋ ਵੀ, ਹਰਿਆਣੇ 'ਚ ਪਤਾ ਨਹੀਂ ਕਿੰਨੀ ਹੈ, 2.5% ਸਰਕਾਰ ਦਿੰਦੀ ਹੈ। ਸਰਕਾਰ ਜਿੰਨੀ ਵੀ ਖਰੀਦ ਕਰਦੀ ਆ ਥਰੂ ਆੜ੍ਹਤੀਏ ਕਰਦੀ ਆ। ਹੁਣ ਇੰਨਾ ਚਿਰ 30-40 ਸਾਲ ਤੇ ਆੜ੍ਹਤੀਆਂ ਨੂੰ ਅਸੀਂ ਜਿਹੜਾ ਵਾ ਸਰਕਾਰ ਨੇ ਮਾਧਿਅਮ ਬਣਾ ਕੇ ਵੀ ਸੌਖਾ ਕੰਮ ਹੈ ਵੀ ਆੜ੍ਹਤੀਏ ਕੋਈ ਫਸਲ ਲੈ ਕੇ ਆਉਂਦਾ ਜ਼ਿਮੀਦਾਰ, ਉੱਥੋਂ ਗਵਰਨਮੈਂਟ ਦੀ ਖਰੀਦ ਹੁੰਦੀ ਆ ਤੇ ਗਵਰਨਮੈਂਟ ਲੈ ਜਾਂਦੀ ਆ ਤੇ ਪੈਸੇ ਜਿਹੜੇ ਆ ਉਹ ਡਿਸਟ੍ਰੀਬਿਊਟ ਹੋ ਜਾਂਦੇ ਆ ਆੜ੍ਹਤੀਏ ਥਰੂ ਕਿਸਾਨਾਂ ਨੂੰ ਚੈੱਕ ਚਲੇ ਜਾਂਦੇ ਆ। ਉਸ ਤੋਂ ਬਾਅਦ ਜਿਹੜੇ ਇਹ ਵਿਚੋਲੀ ਹੋ ਗਏ ਇੱਕਦਮ, ਇੰਨਾ ਚਿਰ ਸਰਕਾਰ ਦੇ ਸਹਿਯੋਗ ਦੇ ਨਾਲ ਜਾਂ ਸਰਕਾਰ ਨੂੰ ਸਹਿਯੋਗ ਆੜ੍ਹਤੀਏ ਦਿੰਦੇ ਰਹੇ ਤੇ ਉਸ ਤੋਂ ਬਾਅਦ ਇੱਕਦਮ ਵਿਚੋਲੀ ਹੋ ਗਏ। ਇਹ ਭਾਸ਼ਾ ਦਾ ਹੀ ਫਰਕ ਹੈਗਾ, ਇਹ ਜਿਹੜੀ ਭਾਸ਼ਾ ਯੂਜ਼ ਕਰਨੀ ਆ ਨਾ, ਇੱਕ ਵਿਚੋਲੀਆ ਜਿਹੜਾ ਵਾ ਜਿਹਨੂੰ ਦਲਾਲ ਕਹਿ ਦੇਣਾ ਵਿੱਚ ਤੇ ਉਹ ਮਾੜੇ ਚੰਗੇ ਹਰ ਕੰਮ ਦੇ ਵਿੱਚ ਦਲਾਲ ਜਾਂ ਵਿਚੋਲੀਆ ਹੁੰਦਾ ਤੇ ਇੱਕ ਸਨਮਾਨਜਨਕ ਕੰਮ ਜਿਹਨੇ ਕਿਸਾਨਾਂ ਦੇ ਤੇ ਸਰਕਾਰ ਦੇ ਵਿੱਚ ਮਾਧਿਅਮ ਬਣ ਕੇ ਇਹ ਸਾਰੇ ਸਿਸਟਮ ਨੂੰ ਇੰਨਾ ਲੰਬਾ ਅਰਸੇ ਚਲਾਇਆ, ਉਹ ਇੱਕਦਮ ਉਹ ਵਿਚੋਲੀਏ ਹੋ ਗਏ। ਉਹਨੇ ਕਿਹਾ ਵੀ ਤੁਸੀਂ ਇਹ ਇੱਕ ਮੈਂ ਜਿਹੜੀ ਗੱਲ ਦੱਸਣ ਲੱਗਾ, ਉਹਨਾਂ ਕਿਹਾ ਵੀ ਤੁਸੀਂ ਇਹ ਲਫ਼ਜ਼ ਤਾਂ ਨਾ ਵਰਤੋ, ਸਾਡੇ ਰਿਸ਼ਤੇਦਾਰ ਆ ਆੜ੍ਹਤੀਏ ਉਹ ਵੀ ਸਾਡੇ ਨਾਲ, ਤੁਸੀਂ ਇਕੱਲੇ ਕਿਸਾਨ ਨਹੀਂ ਆੜ੍ਹਤੀਏ ਵੀ ਸਾਡੇ ਨਾਲ ਗੁੱਸੇ, ਸਾਨੂੰ ਇਹਨਾਂ ਨੇ ਵਿਚੋਲੀਏ ਕਹਿੰਦੇ ਆ, ਹੈ ਸਾਨੂੰ ਬਾਹਰ ਕੱਢਣ ਲਈ ਵਿਚੋਲੀਏ ਬਾਹਰ ਕੱਢਣੇ ਆ ਉਹਦਾ ਆਂਦੇ। ਉਹ ਅੱਗੋਂ ਜਨਰਲ ਸੈਕਟਰੀ ਦਾ ਜਵਾਬ ਇਹ ਸੀ ਕਿ ਇਹ ਅਸੀਂ ਥੋੜੀ ਇੱਥੇ ਜੋ ਸਰਕਾਰ ਨੇ ਸੈਂਟਰ ਸਰਕਾਰ ਨੇ ਕਿਹਾ ਵਾ ਉਹਨਾਂ ਤੋਂ ਬਾਹਰ ਚੱਲ ਜਾਈਏ ਅਸੀਂ। ਲਫ਼ਜ਼ ਵੀ ਜਿਹੜਾ ਵਾ ਸੈਂਟਰ ਸਰਕਾਰ ਨੇ ਜੋ ਵਰਤਿਆ ਉਹਨੂੰ ਇਹ ਬਦਲ ਨਹੀਂ ਸਕਦੇ, ਇੰਨੀ ਗੁਲਾਮ ਮਾਨਸਿਕਤਾ ਨਾਲ ਅਸੀਂ ਕਿਸੇ ਸਟੇਟ ਦੀ ਇੰਡੀਪੈਂਡੈਂਸ ਗੱਲ ਨਹੀਂ ਕਰ ਸਕਦੇ ਵੀ ਜਿਹੜੀ ਵੀ ਅਸੀਂ ਇੰਡੀਪੈਂਡੈਂਸ ਨਾਲ ਉਹਦੀ ਗੱਲ ਕਰ ਸਕੀਏ। ਇੱਥੋਂ ਦੇ ਮਸਲਾ ਜੇ ਕੋਈ ਹੈਗਾ ਤਾਂ ਸਾਨੂੰ ਵੇਖਣਾ ਪਊਗਾ ਦਿੱਲੀ ਦੇ ਮੂੰਹ ਵੱਲ ਉਹ ਕੀ ਕਹਿੰਦੇ ਆ। ਇਹ ਜਿਹੜਾ ਸਿਸਟਮ ਹੈ ਨਾ ਇਹ ਸਾਨੂੰ ਪੰਜਾਬ ਦੀ ਗੱਲ ਕਰਨੋਂ ਪੰਜਾਬ ਦੇ ਲੋਕਾਂ ਦੀ ਗੱਲ ਕਰਨੋਂ ਰੋਕਦਾ ਤੇ ਇਹ ਕੋਈ ਇੱਕ ਪਾਰਟੀ 'ਚ ਨਹੀਂਗਾ, ਬਹੁਤ ਸਾਰੀਆਂ ਪਾਰਟੀਆਂ ਹੈ, ਬਾਕੀ ਪਾਰਟੀਆਂ ਵੀ ਇਹੀ ਹੈ। ਜੀ ਜੀ, ਮੈਂ ਬਾਕੀ ਪਾਰਟੀਆਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੀ, ਬਟ ਇੱਥੇ ਤੁਸੀਂ ਸਾਨੂੰ BJP ਦਾ ਇੱਕ ਵੱਖਰਾ ਰੂਪ ਦਿਖਾ ਰਹੇ ਹੋ। ਮੈਂ ਇਹਦੇ ਬਾਰੇ ਹੋਰ ਪੁੱਛਣਾ ਚਾਹੁੰਦੀ ਹਾਂ ਕਿਉਂਕਿ ਇਹ ਜੋ ਪਾਰਟੀ ਹੈਗੀ ਖਾਸ ਕਰਕੇ ਜੋ ਵੀ ਕਿਸਾਨਾਂ ਦੇ ਨਾਲ ਜੁੜੇ ਹੋਏ ਹੈ, ਕਿਸਾਨ ਮੂਵਮੈਂਟ ਨੂੰ ਸਪੋਰਟ ਕਰਦੇ ਆ, ਉਹਨਾਂ ਲਈ BJP ਪਾਰਟੀ ਦਾ ਇੱਕ ਓਪੀਨੀਅਨ ਹੈਗਾ, ਉਹ ਵਿਰੋਧ ਵਿੱਚ ਹਨ ਪਾਰਟੀ ਦੇ। ਬਟ ਤੁਸੀਂ ਸਾਨੂੰ ਦੱਸ ਰਹੇ ਹੋ ਕਿ ਪਾਰਟੀ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਇਹੋ ਜਿਹੇ ਲੀਡਰਸ਼ਿਪ ਨੂੰ ਛੱਡ ਕੇ ਇਹੋ ਜਿਹੇ ਵਰਕਰਸ ਐਂਡ ਪਾਰਟੀ ਦੇ ਮੈਂਬਰ ਜੁੜੇ ਹੋਏ ਜੋ ਕਿਸਾਨ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਖੜਨ ਦੀ ਕੋਸ਼ਿਸ਼ ਕੀਤੀ। ਬਟ ਮੈਂ ਇੱਥੇ ਤੁਹਾਨੂੰ ਇਹ ਪੁੱਛਣਾ ਚਾਹੁੰਦੀ, ਇਹ ਉਹਨਾਂ ਦੀ ਮਜਬੂਰੀ ਸੀਗੀ ਜੋਸ਼ੀ ਜੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਡੇ ਟੂ ਡੇ ਲਾਈਫ ਇੰਨੀ ਔਖੀ ਹੋ ਗਈ ਸੀ, ਇਹ ਉਹਨਾਂ ਦੀ ਮਜਬੂਰੀ ਸੀਗੀ ਜਾਂ ਕੀ ਉਹ ਸੱਚੀ ਪਾਰਟੀ ਦੀ ਲਾਈਨ ਨੂੰ ਛੱਡ ਕੇ ਕਿਸਾਨ ਦੇ ਨਾਲ ਖੜੇ ਹੋਏ? ਨਹੀਂ ਦੇਖੋ ਉਹਨਾਂ ਦੀ ਉਹ ਵਾਰ ਵਾਰ ਜਿਹੜੇ ਤੁਹਾਨੂੰ ਦੱਸਿਆ ਜੋ ਮੈਂ ਗੱਲ ਓਪਨ ਇੰਨੀ ਕਹਿਤੀ, ਇੰਨੇ ਵੋਕਲ ਹੋ ਕੇ ਕਹਿਤੀ, ਨਹੀਂ ਕਹਿ ਸਕਦੇ। ਆਮ ਕਾਰਜਕਰਤਾ ਦੀ ਇੰਨੀ ਹਿੰਮਤ ਨਹੀਂ ਬਣਦੀ। ਮੈਂ ਮਿਨਿਸਟਰ ਰਿਹਾ, 3 ਇਲੈਕਸ਼ਨਾਂ ਲੜੀਆਂ ਵਾਂ, ਇਹ ਜਿੰਨੇ ਇਸ ਵੇਲੇ ਪੰਜਾਬ ਦੀ ਟੀਮ 'ਚ ਆ ਇਹ ਮੇਰੇ ਤੋਂ ਕੋਈ ਇੱਕ ਸੀਨੀਅਰ ਕੋਈ ਇੱਕ ਬੰਦਾ ਨਹੀਂ ਹੈਗਾ। ਜਿਹੜੇ ਇਸ ਵੇਲੇ ਪਾਰਟੀ ਪ੍ਰੈਜੀਡੈਂਟ ਆ ਸੁਨੀ ਸ਼ਰਮਾ ਜੀ, ਉਹ 2 ਇਲੈਕਸ਼ਨਾਂ ਲੜੀਆਂ, ਇੱਕ ਵਾਰੀ MLA ਬਣੇ ਆ। ਮੈਂ 3 ਇਲੈਕਸ਼ਨਾਂ ਲੜੀਆਂ, ਮੈਂ MLA ਵੀ ਰਿਹਾ, ਮੈਂ ਮਿਨਿਸਟਰ ਕੈਬਨਿਟ ਦੇ ਵਿੱਚ ਰਿਹਾ, ਮੈਂ ਕੈਬਨਿਟ ਦੇ ਵਿੱਚ ਸਰਕਾਰ 'ਚ ਵੀ ਕੰਮ ਕਰਕੇ ਵੇਖ ਲਿਆ, ਇੰਨੀ ਬਿਊਰੋਕ੍ਰੇਸੀ ਦੇ ਨਾਲ ਕੰਮ ਕਰਕੇ ਵੇਖ ਲਿਆ। ਇਹ ਤਜਰਬਾ ਅਕਸਰ ਨੂੰ ਇਹਦਾ ਕੋਈ ਮਤਲਬ ਹੁੰਦਾ। ਇਸ ਕਰਕੇ ਆਮ ਕਾਰਜਕਰਤਾ ਜਿਹੜਾ ਉਹਦੀ ਹਿੰਮਤ ਜਨਰਲ ਸੈਕਟਰੀ ਦੇ ਸਾਹਮਣੇ ਬੋਲਣ ਦੀ ਨਹੀਂ ਹੁੰਦੀ। ਇਸ ਉਹ ਵਿਚਾਰੇ ਘੁੱਟਣ ਦੇ ਵਿੱਚ ਹੀ ਵੀ ਇਹ ਸਾਡੀ ਗੱਲ ਨਹੀਂ ਸੁਣਦੇ ਪਾਰਟੀ ਛੱਡ ਕੇ ਇੱਧਰ, ਪਰ 90% ਲੋਕ ਅੱਜ ਵੀ ਮੈਨੂੰ ਫੋਨ ਕਰਕੇ ਸਾਡੀ ਪਾਰਟੀ ਦੇ ਕਹਿੰਦੇ ਆ ਵੀ ਤੁਸੀਂ ਸਹੀ ਗੱਲ ਕਰ ਰਹੇ ਜੇ, ਇਹਨਾਂ ਨੂੰ ਸਮਝ ਨਹੀਂ ਆਉਂਦੀ, ਇਹ ਮੈਟਰ ਜਲਦੀ ਤੋਂ ਜਲਦੀ ਸੋਲਵ ਹੋਣਾ ਜ਼ਰੂਰੀ ਆ। ਤੇ ਇਹੀ ਮੈਂ ਕਿਹਾ ਸੀ ਕਿ ਮੈਂ ਨਾ ਕਿਹਾ ਰਿਪੀਲ ਕਰੋ, ਨਾ ਮੈਂ ਕਾਨੂੰਨਾਂ ਨੂੰ ਮਾੜਾ ਕਿਹਾ, ਨਾ ਮੈਂ ਮੋਦੀ ਸਾਹਿਬ ਨੂੰ ਮਾੜਾ ਕਿਹਾ, ਨਾ ਮੋਦੀ ਸਾਹਿਬ ਦੀ ਸਰਕਾਰ ਨੂੰ ਮਾੜਾ ਕਿਹਾ।
मैं यही कहा कि अन्नदाता 11 महीनों तो अंदोलन च आ, 3 महीने इतने तो तकरीबन 8 महीने हो गया उत्थे दिल्ली दियां सरहदां ते किस हालात च आ, ठंड गर्मी है, उन्होंने झक्खड़ तूफान झल ले। जोशी जी हुण तां तुसीं पार्टी नूं मैटर सॉल्व करो किसी भी लैवल ते करो। जोशी जी हुण तां तुसीं पार्टी दे नाल नहीं जुड़े हुए, हुण वी तुसीं इस गल दे नाल सहमति रखते हो कि बिल्स नूं रिपील नहीं करना चाहिए ते मोदी जी दी जो भी एक्शन है इन फार्म लॉज नूं लैके वह सही हैं, हले भी तुसीं ये ओपीनियन रखते हो? नहीं भी नहीं, मैं क्या तुसीं मेरी गल समझो, मैं ये क्या कोई भी सरकार जिहड़ी आ कोई कानून ऐसा कदी नहीं बनाउंदी जिहदे नाल जिस वर्ग जिस कम्यूनिटी वास्ते बनाउंदी है सरकार उहदा नुकसान होवे, ये भावना कदी नहीं होंदी, भावें उह स्टेट सरकार होवे भावें सेंटर सरकार होवे। हाँ उदों जदों ये इंट्रोड्यूस हुंदे आ लागू हुंदे आ उस वेले डिस्प्यूट पैंदे आ, GST 100 सैकड़े ही मतलब 100 तों वध अमेंडमेंट्स होई आ, ये बिल जिहड़े आए इहदा आउंदिया ही जिहड़ा वा उह डिस्प्यूट पै गया, पहलां ऑर्डीनेंस आए फिर रौला काफ़ी पै गया, तो जो ये बिल की शेप के पास होए कानून बने उस वेले ये अंदोलन च आ गया। मैं यही कहा वा भी जे आप 11 महीने नहीं समझा सके, पहला 3 महीने फिर 4 महीने 5 लगातार कहता रहा भी दिना महीनिया 4 महीनिया हूँ 11 महीने हो गए आप नहीं समझा सके, तो आप समझ लीए उन्होंने सरकार ने अपनी वालों तो चंगे बनाए होंगे भी देश का भी फायदा हो, फार्मर का फायदा, रिफॉर्म जरूरी होंगे आ, पर यह है भी और रिफॉर्म्स नहीं जिहड़े किसी नूं सूट ही ना करन। मैं कोई चीज़ बनावा, मैं खीर बनावा तो मैं जबरदस्ती किसी नूं आखा खाओ खवाउणी तैनूं आ कि मैनूं शुगर आ मैं नहीं खानी। मैं अब अज की डेट के मैं ना बच्चे जिहड़ी सब्जी वह नहीं खाता सी जबरदस्ती नहीं खवा सकते, वह कहो मैं रोटी भी नहीं खानी, जाओ एक घर हुंदा डेली आम रूटीन की आप छोटी छोटिया गलियां देख लीए वे आप चीज़ देख लें, बच्चे जिद कर जाते कई बार गल नहीं चल सही हूँ फिर भी बच्चे जिद कर जाते हैं, पर यह है भी ये फार्मर जिहड़े आ जे वह नहीं चाहते अपनी आमदन दुगनी कराउंदी। मैं यही कहा कि तुसीं आंदे आपां तुहाडी आमदन दुगनी होजूगी तुहानूं आ फायदा होगा, वह आंदे नहीं साडा नुकसान होना, तो तुसीं यह आ भी जिहदे फायदे वास्ते जिस कम्यूनिटी वास्ते उहनूं किसी भी लैवल ते वो अमेंडमेंट्स करो नवें बना लो मिक्स मैच कर लो, कुछ उहनां दीआं सुन लो कुछ अपणीआं पा लो, जिस पार्लीमेंट च यह बनते आ उत्थे अमेंड भी होंदे आ, उत्थे नवे बन के भी पास हो सकते आ, उत्थे रद्द भी हो सकते आ। मैं यही कहा भी किसी भी लैवल ते उन्हां नूं सैटिस्फाई करो, उन्हां नूं घरां च भेजो अपने खुशी खुशी, ते ये जिहड़ा वा ये मसला हल करो, मैं यही कहा हमेशा। हुण कानून ते किन्ने बनते आ, आपां अर्क कल नूं सरकार दे खिलाफ करांगे वह भी नहीं ठीक। मैं यही कहा भी जिन्हां लोकां वास्ते आपां बणाउंदे पए आ उन्हां लोकां दी सैटिस्फैक्शन जरूरी है, जे वह नहीं चाहते ते किसी भी हद तक जाओ भावे नवे बना लो इन्हों रद्द कर दो। ये मैं कदी नहीं कहा भी ये चंगे आ, ना ही मैं कदी कहा ये काले आ, मैं ना भी जो जिन्हां लोगों वास्ते बनाया उन्होंने नाल लैके दोबारा ड्राफ्ट बना लो, दोबारा उन्होंने जिहड़ा वा पार्लीमेंट च लै जाओ। जी जोशी जी, ये जो सारा हुण सिचुएशन डिवेलप हो रही है इहदे बारे वख-वख थावां तों रिएक्शन आ रहे पार्टी दे विच भी ते पार्टी तों बाहर भी रिएक्शन तुहाडे सपोर्ट दे विच तुहाडे विरोध दे विच आ रहे, उहनां दे बारे मैं तुहाडे नाल थोड़ी जी गल करना चाहुंदी। एक होर छोटी जी ब्रेक लई इत्थे रुकदे हां। जोशी जी साडे नाल इस तरह बने रहो, व्यूअर्स तुसीं भी जुड़े रहो, तुहाडी कॉल्स जरूर चुकांगे ब्रेक तों बाद। ब्रेक तो बाद मुड़ हाजिर होया, गल हो रही है पंजाब दे विच BJP दी आखिरकार की असलियत हैगी जिथे किसान अंदोलन की गल आती है, जो BJP लीडरशिप दे एक्शंस हन कि ओ ही चीज़ फॉलो कर रहे हैं जो केंद्र सरकार कह रही है, या कि वो अपने कंस्टिट्यूएंट्स जो पंजाब दे उन्हां दे वोटर्स हन उन्हां दी गल रख रहे, तो लीडरशिप तो पार्टी दे बाकी वर्कर्स ते मैंबर्स दे विच किन्ना क दरार है इहदी गल हो रही है। साडे नाल जुड़े हन फॉर्मर BJP दे लीडर पंजाब वालों अनिल जोशी जी। अनिल जोशी जी एक बार फिर तुहानू स्वागत करदे हां। जोशी जी मैं जरूर तुहाडे तों हुण पुछना चाहवांगी किस तरह दा रिएक्शन तुहानू वेखण नू मिल रहा है, किस तरह दे कॉमेंट्स आ रहे हैं भावें वो पार्टी दे विच होण या पार्टी तों बाहर, बट उस तों पहले कुछ कॉलर्स दे मैं रिएक्शनस लैणा चाहुंदी हां। सति श्री अकाल, तुसीं ऑन एयर हो। सत श्रीकाल जी, कौन बोल रहे हो, कितों बोल रहे हो? मैं शमशेर सिंह रंधावा बोलता जी, बलवाकी का। सत श्री अकाल रंधावा जी, दसो तुहाडे की कॉमेंट हैं? मेरे कॉमेंट्स है भी जिस तरह जोशी वीर जी खड़े हैं नाल सच दे, और इन्हां दी रिस्पेक्ट जिहड़ी है थ्रू आउट जिथे भी कोई फार्मिंग नाल जुड़िया सारे विच बहुत वध गई है जी। ते जी
जी सारे पासे हुण जिहड़ी मर्जी पार्टी जाणगे दे आर द विनर फ्रॉम फार्मर साइड। जी 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 थैंक यू शमशेर जी। तुसी एक पॉइंट छेड़िया कि किस पार्टी वल तुसी नेक्स्ट जाओगे जोशी जी, ये बारे भी गल करांगे, कुछ होर कॉलर्स तो सुन लेंदे हां। सत श्री अकाल, तुसी ऑन एयर हो। हेलो सत श्री अकाल जी, तुसी ऑन एयर हो, कौन बोल रहे हो? चरण सिंह प्रेमपुरा बोलदा बेटा जी। सत श्री अकाल प्रेमपुरा जी, तुहाडा स्वागत, दसो तुसी की कहना चाहोगे? मैं अज बड़ा खुश हाँ बेटा जी थोड़े से। जी तुसी एक ना सही पंजाब दा एक पुत लिया सामने। जी पंजाबी होना होर चीज, दुनिया धर्म च वंडनी, सिखू हिंद मुसलमान ये वो, पर एक मर्द जमना वो पंजाब दी मिट्टी दा जमया, मैनू लगदा मर्द एक मर्द मुसलमाना च भी जमया ही। जदों साहिबजादियां दा सूबा सरहंद कर लगा है ना, नीह च चरण चीन चन का फतवा बरेल कोटले वाला उठ के तुर गया ही। आ शेर बग्गा मैं वधाई का पात्र, साढ़े कानून नहीं फेल करा सकता, पर एक हा का नारा मारिया एनू सलूट है। हा का नारा मारना, हा का नारा मारना, किसी फांसी तो नहीं छड़ा सकते। जी जी हा का नारा मारना। जोशी जी तुम वधाई दे पात्र हो, खीरी तुहानू बीजेपी पैरी पैगी ते तादी पंजाब च बीजेपी चलेगी जे तुसी अगे होगे ते। जी जी थैंक यू सो मच। स्टेट दे विच प्रॉब्लम होंदी है जी, हर एक स्टेट दा आई ते खेती जिहड़ा हरियाणा पंजाब जिहड़ा ना, अहीं कणक बीजने आ छे छे महीने वेट करने आ, ते सत महीने हो गए ने ते इहना पाणी खरे भज जाणगे जी। ਸਾਨੂੰ ਕਈ ਵਾਰੀ ਹੜ ਵੀ ਰੋੜ ਕੇ ਲੈ ਜਾਂਦਾ ਜੀ, ਫਿਰ ਮੂੰਜੀ ਲਾ ਦਿੰਨੇ ਜੀ, ਸਾਡੇ ਮਕਾਨ ਵੀ ਢਾ ਜਾਂਦੇ ਨੇ ਫਿਰ ਪਾ ਦਿੰਨੇ ਆ। ਪੰਜਾਬ ਦੇ ਜਿਹੜੇ ਗੜ ਸਨੇ ਨਾ ਜੀ, ਮੇਰੀ ਪ੍ਰੇਮਪੁਰਾ ਜੀ ਨੇ ਗੱਲ ਸੁਣੀ ਜੀ। ਜੀ ਜੀ ਥੈਂਕ ਯੂ ਸੋ ਮਚ, ਸੌਰੀ ਪ੍ਰੇਮਪੁਰਾ ਜੀ, ਥੈਂਕ ਯੂ ਸੋ ਮਚ ਤੁਹਾਡੇ ਇਸ ਕਮੈਂਟ ਦਾ। ਜਿਸ ਤਰ੍ਹਾਂ ਤੁਸੀਂ ਇੰਨੀ ਪੈਸ਼ਨਡ ਤਰੀਕੇ ਦੇ ਨਾਲ ਜੋਸ਼ੀ ਜੀ ਦੀ ਸਪੋਰਟ ਕੀਤੀ ਹੈ, ਬਟ ਜੋਸ਼ੀ ਜੀ ਤੁਹਾਡੀ ਸਪੋਰਟ ਜੋ ਵੀ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੇ ਆ ਉਹਨਾਂ ਦੇ ਵੱਲੋਂ ਤਾਂ ਆਉਣੀ ਆਉਣੀ ਹੈ, ਤਾਂ ਬਣਦਾ ਹੀ ਹੈ। ਬਟ ਅਸ਼ਮਿਤਾ ਜੀ ਮੈਂ ਇਹਦੇ 'ਤੇ ਇੱਕ ਸੈਕਿੰਡ ਗੱਲ ਕਰਨੀ ਚਾਹਾਂਗਾ। ਪ੍ਰੇਮਪੁਰਾ ਜੀ ਨੇ ਗੱਲ ਕੀਤੀ ਜਾਂ ਰੰਧਾਵਾ ਜੀ ਨੇ ਜਿਹੜੀ ਗੱਲ ਕੀਤੀ ਆ, ਇਹ ਪੰਜਾਬ ਦੇ ਲੋਕ ਜਿਹੜੇ ਆ, ਅਸਲ ਪੰਜਾਬ ਦਾ ਪਾਣੀ, ਪੰਜਾਬ ਦੀ ਮਿੱਟੀ ਜਿਹੜੀ ਆ, ਉੱਥੇ ਰਹਿਣਾ ਜਾਂ ਉੱਥੋਂ ਦਾ ਆਨੰਦ ਤਾਂ ਹਰ ਕੋਈ ਮੰਨਣਾ ਚਾਹੁੰਦਾ, ਪਰ ਜਦੋਂ ਕੋਈ ਗੱਲ ਆਉਂਦੀ ਹੈ, ਕੋਈ ਸੰਘਰਸ਼ ਆਉਂਦਾ ਵਾ, ਜਾਂ ਜਦੋਂ ਵੀ ਕੋਈ ਇਹੋ ਜਿਹੀ ਜ਼ਰੂਰਤ ਪੈਂਦੀ ਆ ਪੰਜਾਬ ਨੂੰ, ਤਾਂ ਉਦੋਂ ਸਭ ਪਿੱਛੇ ਹੋ ਜਾਂਦੇ ਆ ਵੀ ਆਪਣਾ ਆਪਣਾ ਟਾਈਮ ਕੱਢੀਏ ਅਤੇ ਜਿਹੜਾ ਕਰਦਾ ਉਹਨੂੰ ਕਰਨ ਦਿਓ, ਆਪਣਾ ਆਪ ਨੂੰ ਬਚਾਉਣਾ, ਇਹ ਮਾਨਸਿਕਤਾ ਜਿਹੜੀ ਆ ਬਹੁਤ ਸਾਰੀ ਹੈ, ਇਹੀ ਗੁਲਾਮ ਮਾਨਸਿਕਤਾ ਹੁੰਦੀ ਆ ਜਿਹੜੀ ਸਾਨੂੰ ਸਾਡੀ ਮਿੱਟੀ ਦੀ, ਸਾਡੇ ਆਪਣੇ ਜਿਹੜੀ ਜਿਸ ਆਬੋ ਹਵਾ 'ਚ ਅਸੀਂ ਰਹੇ ਹਾਂ, ਪੜ੍ਹੇ ਹਾਂ, ਸਾਡਾ ਵਿਰਸਾ, ਜਿਹੜੇ ਮੈਂ ਖੁਦ 24 ਸਾਲ ਦੀ ਉਮਰ ਤੱਕ ਪਿੰਡ 'ਚ ਰਿਹਾ, ਮੇਰੇ ਫਾਦਰ ਟੀਚਰ ਸੀਗੇ, ਅਸੀਂ ਆਪ ਖੇਤੀ ਕਰਦੇ ਰਹੇ ਹਾਂ, 18-20 ਕਿੱਲੇ ਦੀ ਖੇਤੀ ਸੀ ਸਾਡੀ, ਮੈਂ ਉਦੋਂ ਠੀਕ ਸੀ 14-15 ਸਾਲਾਂ ਦਾ ਸੀ, ਜਦੋਂ ਅਸੀਂ ਝੋਨੇ ਬੀਜੇ, ਕਣਕਾਂ ਬੀਜੀਆਂ, ਅਸੀਂ ਝੋਨੇ ਝਾੜੇ, ਟੋਈ 'ਤੇ ਸੌਂਦੇ ਸੀ ਰਾਤ ਨੂੰ ਰਾਖੀ ਵਾਸਤੇ ਜਦੋਂ ਲੇਟ ਹੋ ਜਾਂਦਾ ਸੀ, ਕਿਉਂਕਿ ਉਹਦੇ ਰਾਤ ਨੂੰ ਝਾੜ ਦੇਣਾ ਅਤੇ ਉਦੋਂ ਤੁਲਣਾ ਨਹੀਂ, ਇਸ ਕਰਕੇ ਉੱਥੇ ਸੌਣਾ, ਕਣਕਾਂ ਗਾਈਆਂ, ਕਣਕਾਂ ਬੀਜੀਆਂ, ਭਰੀਆਂ ਢੋਈਆਂ, ਸਾਡਾ ਟਿੰਡਾਂ ਵਾਲਾ ਖੂਹ ਸੀ ਆਪਣਾ ਬਰਾਂਡ ਦੇ ਵਿੱਚ, ਅਸੀਂ ਛਟਾਲੇ ਚਰੀਆਂ, ਗਾਚੇ ਕੁਤਰੇ ਆ, ਮੈਂ ਪੰਡਾਂ ਦੀਆਂ ਪੰਡਾਂ ਪੱਠੇ ਕੁਤਰੇ ਆ, ਅਸੀਂ 10-12 ਡੰਗਰ ਸੀ, ਨਹਿਰ ਸਾਡੇ ਘਰ ਲਾਗੇ ਸੀ ਪਿੰਡ ਦੇ ਵਿੱਚੋਂ ਦੀ, ਸੰਘੇ ਪਿੰਡ ਆ ਮੇਰਾ ਤਰਨ ਤਾਰਨ ਦੇ ਪਰਲੇ ਪਾਸੇ, ਅਤੇ ਅਸੀਂ ਮੱਝਾਂ ਨੂੰ ਪਾਣੀ ਨਹਾਉਣ ਨਵਾਉਣ ਜਾਂਦੇ ਸੀ, ਸਾਡੀ ਡਿਊਟੀ ਸੀ ਫਾਦਰ ਸਾਹਿਬ ਵੱਲੋਂ ਵੀ ਅੱਜ ਤੂੰ ਜਾਣਾ ਕੱਲ੍ਹ ਭਰਾ ਨੇ ਜਾਣਾ, ਅਤੇ ਜਦੋਂ ਕਿਤੇ ਕੁਤਾਹੀ ਹੁੰਦੀ ਸੀ ਤਾਂ ਸਾਡੀ ਡੰਡਾ ਪਰੇਡ ਵੀ ਹੁੰਦੀ ਸੀ ਵੀ ਡੰਗਰ ਤੇ ਆਏ ਆ ਤੁਸੀਂ ਕਿੱਥੇ ਤੁਰੇ ਫਿਰਦੇ ਜੇ। ਇਹ ਫੀਲਿੰਗ ਜਿਹੜੀ ਆ ਨਾ ਪੰਜਾਬ ਦੀ ਮਿੱਟੀ ਦੀ, ਜਿਹੜੀ ਇੱਥੋਂ ਆਉਂਦੀ ਆ, ਜਿਹੜੀ ਇਹਨਾਂ ਨੇ ਕਿਹਾ ਨਾ ਵੀ 6-6 ਮਹੀਨੇ ਡੀਕਦੇ ਆ, ਕਿੰਨੀ ਕੁ ਦੁਨੀਆ ਵਾ ਕਿਸਾਨ ਦੀ, ਕਿਸਾਨ ਦੀ ਦੁਨੀਆ ਜਦੋਂ ਮਿਹਨਤ ਕਰਦਾ, ਸੱਪਾਂ ਦੀਆਂ ਸਿਰੀਆਂ ਮਿੱਧਦਾ, ਨੰਗੇ ਪੈਰੀਂ ਕਈ ਲੈ ਕੇ ਠੰਡ ਦੇ ਵਿੱਚ ਅੱਧੀ ਅੱਧੀ ਰਾਤ ਪਾਣੀ ਲਾਉਂਦਾ, ਨੱਕੇ ਮੋੜਦਾ, ਉਦੋਂ ਜਦੋਂ ਉਹਦਾ ਫਿਰ ਧਿਆਨ ਹਰ ਵੇਲੇ ਹੁੰਦਾ ਪਲ ਜੇ ਫਸਲ, ਘਰ ਆ ਜੇ ਫਸਲ, ਹਨੇਰੀ ਆ ਗਈ, ਮੀਂਹ ਆ ਗਿਆ, ਬੱਦਲ ਆ ਗਿਆ, ਫਿਕਰ ਚਿੰਤਾ ਪੈਂਦੀ ਆ, ਅਤੇ ਅਖੀਰ ਜਿੰਨੀ ਉਹਦੀ ਜਦੋਂ ਫਸਲ ਘਰ ਆਉਂਦੀ ਆ ਤਾਂ ਇੰਨੀ ਕੀ ਉਹਦੀ ਦੁਨੀਆ ਵਾ,
ਤੇ ਉਹਨੂੰ ਲੈ ਕੇ ਜਾਂਦਾ ਤੇ ਉਹ ਵੇਚ ਕੇ ਤੇ ਆਪਣਾ ਜੁਗਾੜ ਜਿਹੜਾ ਜੀਵਨ ਜਾਪਣ ਜਿਹੜਾ ਉਹਨੇ ਕਰਨਾ ਹੁੰਦਾ। ਜਦੋਂ ਉਹਦੇ ਉੱਤੇ ਹੀ ਕੋਈ ਲੱਗਦਾ ਨਾ ਉਹਨੂੰ ਵੀ ਇਹਦੇ ਤੇ ਡਰ ਪੈਦਾ ਹੋ ਗਿਆ, ਇਹ ਉਹੀ ਡਰ ਆ। ਇਹਦੇ 'ਚ ਕੀ ਸੱਚਾਈ ਕੀ ਨਹੀਂ ਸੱਚਾਈ, ਮੈਂ ਉਹਦੇ ਫਾਰਮਰ ਲਾਸ਼ ਨਹੀਂ ਜਾਂਦਾ ਮੈਂ, ਪਰ ਇਹ ਜਿਹੜਾ ਤੌਖਲਾ ਇਹ ਡਰ ਆ ਜਿਹਨੇ ਕੋਵਿਡ ਦੇ ਵਿੱਚ ਕਿਸਾਨ ਨੂੰ ਬੈਨ ਨਹੀਂ ਕਰ ਦਿੱਤਾ, ਘਰੋਂ ਪੈਰ ਬਾਹਰ ਨਹੀਂ ਸੀ ਪੁੱਟਦਾ, ਕੋਈ ਮੌਤ ਨਜ਼ਰ ਆਉਂਦੀ ਸੀ ਉਹ ਲੱਖਾਂ ਦੀ ਗਿਣਤੀ 'ਚ ਬਾਰਡਰਾਂ 'ਤੇ ਸੀਗਾ। ਠੰਡ ਮੈਂ ਵੇਖਿਆ ਤੰਬੂ ਉੱਡਦੇ ਪਏ ਆ, ਬਾਰਿਸ਼ ਹੁੰਦੀ ਪਈ ਆ, ਪਾਣੀ ਝਰਟਦੇ ਪਏ ਆ, ਬਾਲਟੀਆਂ ਨਾਲ ਤੰਬੂਆਂ 'ਚੋਂ ਬਾਹਰ ਰਜਾਈਆਂ ਭਿੱਜ ਗਈਆਂ ਸਰਦੀਆਂ ਦੇ ਵਿੱਚ, ਕੰਬਲ ਭਿੱਜ ਗਏ, ਸਾਰਾ ਕੁਛ ਥੱਲੇ ਬਿਸਤਰੇ ਭਿੱਜ ਗਏ। ਤੇ ਉਹ ਵਿਚਾਰਾ ਸਾਰੀ ਸਾਰੀ ਰਾਤ ਖਲੋ ਕੇ ਤੇ ਫੜ ਕੇ ਟੈਂਟ ਦੇ ਆਪਣੇ ਵਾਂਸ ਤੇ ਉਹਨਾਂ ਨੂੰ ਖਲੋਤਾ ਰਿਹਾ ਵੀ ਉੱਡ ਨਾ ਜਾਵੇ। ਇਸ ਹਾਲਾਤ ਦੇ ਵਿੱਚ ਕਿੰਨਾ ਡਰ ਆ, ਅੰਦਰ ਕੀ ਉਹਨਾਂ ਦੇ ਬਹਿ ਗਿਆ, ਇਹ ਕੱਢਣਾ ਕਿਹਦੀ ਜ਼ਿੰਮੇਵਾਰੀ ਆ? ਜੀ ਸਾਡੀ ਪਾਰਟੀ ਦੀ ਸਰਕਾਰ ਆ, ਸੈਂਟਰ ਦੇ ਵਿੱਚ ਸਰਕਾਰ ਦੀ ਜ਼ਿੰਮੇਵਾਰੀ ਆ। ਉਸ ਤੋਂ ਬਾਅਦ ਜੇ ਅਸੀਂ ਇਹ ਚੰਗਾ 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 ਉਹਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਸਮਝਾਉਂਦੇ ਬਹੁਤ ਚੰਗੇ ਜੀ ਲਾਓ, ਤੁਹਾਡੇ ਵਾਸਤੇ ਬਹੁਤ ਚੰਗੇ ਹੋਣਗੇ ਜਾਂ ਨਹੀਂ ਹੋਣਗੇ ਚੰਗੇ, ਇਹਨੂੰ ਛੱਡ ਦਿਓ, ਪਰ ਉਹਨਾਂ ਦੇ ਅੰਦਰੋਂ ਡਰ ਕੱਢਣਾ ਸਾਡਾ ਧਰਮ ਆ, ਸਾਡੀ ਡਿਊਟੀ ਆ, ਉਹਨਾਂ ਨਾਲ ਖਲੋ ਕੇ ਉਹਨਾਂ ਨਾਲ ਚੰਗੇ ਲਫ਼ਜ਼ ਬੋਲ ਕੇ ਉਹਨਾਂ ਨੂੰ ਪਿਆਰ ਕਰਕੇ ਉਹਨਾਂ ਦੇ ਨਾਲ ਬੈਠ ਕੇ ਸਲਾਹ ਕਰਕੇ ਜੋ ਉਹ ਚਾਹੁੰਦੇ ਆ ਜਾਂ ਉਹਨਾਂ ਦੇ ਅੰਦਰੋਂ, ਇਸ ਕਰਕੇ ਇਹ ਡਿਊਟੀ ਨਹੀਂ ਪੂਰੀ ਕਰ ਸਕੇ ਜੋਸ਼ੀ ਜੀ, ਅਸੀਂ ਨਹੀਂ ਆਪਣੀ ਡਿਊਟੀ ਪੂਰੀ ਕਰ ਸਕੇ। ਇਹ ਮੈਨੂੰ ਤਕਲੀਫ ਸੀ, ਇਹ ਬਾਹਰ ਆ ਗਈ ਜੀ, ਬਹੁਤ ਸਿਰ ਅੰਦਰੋਂ ਅੰਦਰੋਂ ਮੈਂ ਗੱਲ ਕੀਤੀ, ਉਸ ਤੋਂ ਬਾਅਦ ਬਾਹਰ ਆ ਗਈ ਹੈ ਜੀ, ਜੇ ਬਾਹਰ ਆ ਗਈ ਹੈ ਤੇ ਆ ਗਈ ਹੈ। ਮੈਂ ਪੰਜਾਬ ਦਾ ਜੰਮਿਆ, ਮੈਂ ਪੰਜਾਬ ਦਾ ਪਾਣੀ ਪੀਤਾ, ਮੈਂ ਇਸੇ ਅੰਨਦਾਤਾ ਦਾ ਅੰਨ ਖਾ ਕੇ ਅੱਜ ਆਪਣੇ ਬੱਚੇ ਪਾਲਦਾ ਪਿਆ, ਤੇ ਮੈਂ ਆਪਣੇ ਫਰਜ਼ ਤੋਂ ਮੁੱਕਰ ਜਾ, ਕਿੰਨੇ ਕੁ ਲੋਕ ਮੂੰਹ ਮੋੜਨਗੇ, ਕਿੰਨੇ ਲੋਕ ਭੱਜਣਗੇ ਇਹਦੇ ਤੋਂ? ਇਹ ਅਸਲੀਅਤ ਤੋਂ ਮੁੱਕਰ ਨਹੀਂ ਸਕਦੇ, ਅੰਦਰ ਇਹਨਾਂ ਦੇ ਸਭ ਦੇ ਆ, ਪਰ ਦਿੱਲੀ ਵੱਲ ਵੇਖਦੇ ਆ ਵੀ ਉਧਰੋਂ ਮੂੰਹੋਂ ਕੀ ਨਿਕਲਦਾ, ਉੱਤੇ ਉਹੀ ਬੋਲਣਾ। ਇਹੀ ਗੱਲ ਮੈਂ ਕਹਿਣਾ ਵਾ ਵੀ ਗੁਲਾਮ ਮਾਨਸਿਕਤਾ ਆਪਣੀ ਸਟੇਟ ਦੀ ਗੱਲ, ਆਪਣੇ ਏਰੀਏ ਦੀ ਗੱਲ ਨਹੀਂ ਕਰ ਸਕਦੀ। ਜਿੰਨਾ ਚਿਰ ਦਿੱਲੀ ਵੱਲ ਵੇਖਾਂਗੇ ਨਾ, ਉਹਨਾਂ ਚਿਰ ਅਸੀਂ ਆਜ਼ਾਦੀ ਦੇ ਨਾਲ ਆਪਣੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰ ਪਾਵਾਂਗੇ। ਜੀ ਜੋਸ਼ੀ ਜੀ, ਜੋਸ਼ੀ ਜੀ, ਜੋਸ਼ੀ ਜੀ, ਮੈਂ ਕਾਲਰਸ ਨੂੰ ਟਾਈਮ ਹੋਰ ਦੇਣਾ ਚਾਹੁੰਦੀ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ। ਹਾਂਜੀ ਸਤਿ ਸ਼੍ਰੀ ਅਕਾਲ ਅਸ਼ਮਿਤਾ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ? ਹਾਂ ਮੈਂ ਡਾਕਟਰ ਬਾਜਵਾ ਸ਼ਿਕਾਗੋ ਤੋਂ ਬੋਲ ਰਿਹਾ। ਸਤਿ ਸ਼੍ਰੀ ਅਕਾਲ ਡਾਕਟਰ ਬਾਜਵਾ ਜੀ, ਦੱਸੋ ਤੁਹਾਡੇ ਕੀ ਵਿਚਾਰ ਹਨ? ਪਰ ਮੈਂ ਅਨਿਲ ਜੋਸ਼ੀ ਜੀ ਨੂੰ ਬਹੁਤ ਸਪੈਸ਼ਲ ਵਧਾਈ ਦੇਣੀ ਚਾਹੁੰਦਾ, ਜਿਵੇਂ ਹੋਰ ਕਾਲਰਸ ਨੇ ਵੀ ਕਿਹਾ, ਜਿਹੜੀ ਇਹਨਾਂ ਨੇ ਆਪਾਂ ਨੂੰ ਇਹ ਸਾਰੀ ਗੱਲ ਸਮਝਾਈ ਆ ਵੀ ਇਹ ਪਿੰਡ 'ਚ ਰਹੇ ਜ਼ਿਮੀਂਦਾਰ ਦਾ ਦੁੱਖ ਇਹ ਸਮਝਦੇ ਆ, ਔਰ ਅਸੀਂ ਵੀ ਬੜੇ ਲੀਡਰਾਂ ਨੂੰ ਫਾਲੋ ਕਰਦੇ ਹਾਂ, ਇਹੋ ਜਿਹੀ ਕਲੀਅਰ ਗੱਲ ਕਰਨ ਵਾਲੇ ਲੀਡਰ ਬਹੁਤ ਘੱਟ ਆ। ਸੱਚੀ ਗੱਲ ਕਰ ਦਿੱਤੀ, ਚਾਹੇ ਪਾਰਟੀ ਨੂੰ ਚੰਗੀ ਲੱਗੇ ਚਾਹੇ ਨਾ ਲੱਗੇ। ਹੁਣ ਮੈਂ ਇੱਕ ਹੋਰ ਗੱਲ ਕਰਨ ਲੱਗਿਆ, ਅੱਜ ਉੱਥੇ ਚਾਰੇ ਪਾਰਟੀਆਂ ਦੇ ਜਿਹੜੇ ਲੀਡਰਸ ਹੈ ਉਹ ਇੱਕ ਫਿਰਕਾ ਪ੍ਰਸਤੀ 'ਚ, ਸੀਐਮ ਜੱਟ ਹੋਣਾ ਚਾਹੀਦਾ, ਕੋਈ ਕਹਿੰਦਾ ਅਸੀਂ ਦਲਿਤ ਬਣਾਵਾਂਗੇ, ਇਹ ਬਣਾ। ਮੈਂ ਉੱਥੇ ਇਹ ਕਹਿਣਾ ਚਾਹੁੰਦਾ ਕਿ ਇੰਡੀਅਨ ਕਾਨਸਟੀਟਿਊਸ਼ਨ ਨੇ ਹਰ ਵੋਟਰ ਨੂੰ ਹੱਕ ਦਿੱਤਾ ਵੋਟ ਪਾਉਣ ਦਾ, ਔਰ ਉਹਦੇ ਨਾਲ ਜਿਹੜਾ ਐਲੀਜੀਬਲ ਵੋਟਰ ਹੈ ਉਹਦਾ ਪੂਰਾ ਹੱਕ ਹੈ ਕਿ ਉਹ ਸੀਐਮ ਬਣੇ, ਪੀਐਮ ਬਣੇ, ਉਹ ਜਨਰਲ ਸੈਕਟਰੀ ਬਣੇ ਜੀ, ਪ੍ਰਧਾਨ ਬਣੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਅਨਿਲ ਜੋਸ਼ੀ ਜੀ ਨੂੰ, ਮੈਂ ਪੁੱਛਣਾ ਚਾਹੁੰਦਾ ਵੀ ਇਸ ਗੱਲ 'ਤੇ ਸਾਰੇ ਲੀਡਰਾਂ ਨੂੰ ਇੱਕ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਚੰਗੇ ਬੰਦੇ ਲਿਆਓ, ਜਿਹੜਾ ਬੰਦਾ ਕਾਬਲ ਹੋਏਗਾ ਉਹਨੂੰ ਸੀਐਮ ਪੀਐਮ, ਦੈਟ ਇਜ਼ ਏ ਮਟੀਰੀਅਲ। ਸੋ ਮੈਂ ਇਹ ਕਹਿਣਾ ਚਾਹੁੰਦਾ ਅਨਿਲ ਜੋਸ਼ੀ ਜੀ ਨੂੰ, ਇਹਨਾਂ ਦਾ ਕੀ ਵਿਚਾਰ ਹੈ ਜੀ? ਜੀ ਜੋਸ਼ੀ ਜੀ, ਮੈਰਿਟ ਬੇਸਡ ਚੋਇਸ ਹੋਣੀ ਚਾਹੀਦੀ ਹੈ ਜਾਂ ਵੋਟਰਸ ਦੇ ਜੋ ਸੈਂਟੀਮੈਂਟਸ ਹਨ ਉਹਨਾਂ ਨੂੰ ਕਿਸ ਤਰ੍ਹਾਂ ਮੈਨੀਪੂਲੇਟ ਕਰ ਸਕਦੀ ਹੈ ਚੋਇਸ, ਇਹਦੇ ਮੁਤਾਬਿਕ ਸੀਐਮ ਦਾ ਫੇਸ ਚੁਣਿਆ ਜਾਣਾ ਚਾਹੀਦਾ? ਹਾਂਜੀ ਅਸ਼ਮਤਾ ਜੀ, ਬਿਲਕੁਲ ਸਹੀ ਗੱਲ ਕੀਤੀ ਹੈ ਇਹਨਾਂ ਨੇ। ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਜਿਹੜਾ ਨਾ ਸਭ ਪੰਜਾਬੀਆਂ ਦਾ, ਨਾ ਹਿੰਦੂ ਦਾ ਨਾ ਸਿੱਖ ਦਾ, ਇਹ ਹਿੰਦੂ ਦਾ ਵੀ ਓਨਾ, ਸਿੱਖ ਦਾ ਵੀ ਓਨਾ, ਦਲਿਤ ਦਾ ਵੀ ਓਨਾ, ਸਭ ਜਿੰਨੇ ਲੋਕ ਇੱਥੇ ਰਹਿੰਦੇ ਆ ਸਭ ਦਾ ਵਾ। ਤੇ ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਜਿਹਦੀ ਮੈਰਿਟ ਬਣਦੀ ਆ ਉਹਨੂੰ ਉਹਨੂੰ ਇਹ ਜਿਹੜਾ ਕਰਨਾ ਚਾਹੀਦਾ। ਮੈਂ ਤੇ ਹਿੰਦੂਆਂ ਨੂੰ ਵੀ ਇਹ ਆਨਾ, ਹਿੰਦੂ ਪੰਜਾਬੀ ਹਿੰਦੂ ਨੂੰ ਮੈਂ ਇਹੀ ਆਨਾ ਵੀ ਜਦੋਂ ਵੀ ਕੋਈ ਸੰਘਰਸ਼ ਆਉਂਦਾ ਵਾ ਆਪਾਂ ਇਹ ਸੋਚ ਲੈਂਦੇ ਨਹੀਂ ਨਹੀਂ ਜੀ ਇਹ ਅਸੀਂ ਪਿੱਛੇ ਹੋ ਕੇ ਬਹਿ ਜਾਂਦੇ ਹਾਂ। ਜਦੋਂ ਪੰਜਾਬ ਦੇ ਹਿੱਤ ਦਾ, ਕੋਈ ਕਮਿਊਨਿਟੀ ਦਾ ਨਹੀਂ, ਕੋਈ ਇੱਕ ਵਰਗ ਦਾ ਨਾ ਹੋਵੇ, ਪਰ ਕੌਮਨ ਪੰਜਾਬ ਦਾ ਕੋਈ ਵੀ ਏਜੰਡਾ ਹੋਵੇ, ਕੋਈ ਵੀ ਸੰਘਰਸ਼ ਹੋਵੇ, ਪੰਜਾਬੀ ਹਿੰਦੂਆਂ ਨੂੰ ਮੈਂ ਇਸ ਮੰਚ ਤੋਂ ਕਹਿਣਾ ਚਾਹੁੰਦਾ ਵਾਂ ਅੱਗੇ ਆਓ, ਮੋਢੇ ਨਾਲ ਮੋਢਾ ਲਾ ਕੇ ਐਜ਼ ਏ ਪੰਜਾਬੀ ਲੜੋ, ਐਜ਼ ਏ ਪੰਜਾਬੀ ਖੜੇ ਹੋ, ਨਾ ਸਿੱਖ ਹੋਵੇ ਨਾ ਹਿੰਦੂ ਹੋਵੇ,
कोई भी युद्ध हो, कोई भी लड़ाई हो, कोई भी पंजाब के हित की, पंजाब की इस धरती की, पंजाब के पानी की किसी भी गल देते पहरा दो ते जी असी फिर कोई फिर आप बाद च कह दें सानू दूजे दर्जे के शहरी मनिया जाता, असी तो आप खुद ही अपने आप को पिछे कर लें, दूजे दर्जे के खुद बन जाने पिछे होके। मैं पंजाबी हिंदू नूं, पंजाबी हिंदुआ नूं यह कहना चाहूंगा भी ये संघर्ष जिहड़े आ ना कॉमन संघर्ष जिहड़े पंजाब दे हित दे आ सब दे आ, जो पंजाब दे अपनी स्टेट का हित आवे सब कट्ठे होके एज ए पंजाबी लड़ो, कितने देश का आता तो पंजाब खड़ा होवे, अगे भी खड़ा रहा सरहदा ते आजादी की लड़ाई च सब तो ज्यादा पंजाबियों ने योगदान पाया, सब तो शहीदियां ज्यादा पंजाबियों दियां, पाकिस्तान नाल साडी हद लगदी आ, मूंह मोड़िया आतंकवाद का तो पंजाबियों ने मोड़िया, पंजाब के लोगों ने मोड़िया, नहीं तो कभी सोच भी नहीं सकता कोई असीं हनेरे चों बाहर निकलांगे। मेरे फादर आप खुद आतंकवादियों दी गोलियां नाल जिहड़ा उन्हां दी डैथ होई सी शहीद होए हो, पंजाबी पढ़ाउंदे सी, फिर पंजाब की सेवा पंजाबी पढ़ाउणा सब तो वड्डी आ जी। पर ठीक है समा ऐसा सी, इस करके जो असी ये लड़ाई है जिहड़ियां ना अपनी स्टेट की हो सारे पंजाबी कट्ठे होके कोई यह इलेक्शन आ गई है तो यह सारे ही अपने दिमाग चो वाकई जो इन्होंने कहा भी ये कढ दिओ कौन सिख आ कौन हिंदू आ, असी वोटां कितना पाउने आ, असी वोट ते असी मैरिट ते कदी पाई नहीं। मैं कशमता जी बहुत वधिया तुहाडी मंच तों गल करनी चाहुंदा, इहनू मतदान आंदे आ, वोट नू मत, मत इत्थे हुंदी आ, मत अकल नू आंदे समझ नू, ये बटन दबना वोट नहीं गा भी आप दारू की बोतल लली तो बटन दबता तो साड़ी जिहड़ा मतदान हो गया, असी वेख्या भी ये सिख आ, मैं सिख का फर्ज है सिख नूं वोट पावां तो मतदान हो गया, जां कोई हिंदू आखे मैं हिंदू नूं वोट पाउणी मतदान हो गया, जां मेरा रिश्तेदार कह गया मैनूं यार अपना बड़ा सज्जण है इहनूं वोट पा दो, मतदान नहीं, मतदान उदों आ असी मैरिट बनाईए, मैरिट ते इंसान कौन आ, किन्नी सेवा इहदी, की भावना इहदी, की देण आ, उस वेले जो असी बटन दबदे आ ना उन्होंने कहते मतदान, अगर ये मतदान इतने होना शुरू हो जाए ना तो पंजाब की तस्वीर चेंज हो जाऊ ना, फिर जात ना धर्म ना रिश्तेदारी ना कोई होर। जोशी जी ये जो तुसी मत की गल कर रहे हो या मैरिट वाली चॉइस की गल कर रहे हो वो बारे पूछना चाहूंगी, कॉलर साढ़े नाल बहुत ज्यादा जुड़ चुके हैं, सत श्री अकाल तुसी ऑन एयर हो। हाँ जी सत श्री अकाल जी, मैं महीपाल सिंह बोल रहा न्यूयॉर्क तो। सत श्री अकाल जी दसो, सब तो पहले मैं अश्मिता जी तुहानू कॉन्ग्रेचुलेट करना चाहवांगा, तुसी बहुत ही वधिया प्रोग्राम होस्ट करते हो, अज का मुद्दा कई सालों तो चल रहा पर तुसी बहुत ही वधिया तरीके नाल पेश करते हो, नाल ही मैं जोशी जी नूं भी अपना कॉन्ग्रेचुलेट करांगा कि वो एक रियल सच्चे पोलीटिशियन, सच्चे पोलीटिशियन वो होंगे ने जिहड़े जनता दे हक्कां दी गल करन बजाय कि अपनी कुर्सी अपनी पोजिशन पार्टी संभालन। इन्होंने किसानों की गल की मैं बड़ा खुश है तो मैं समझता कि जोशी जी के विचार जोड़े है आम आदमी पार्टी के लीडरशिप के नाल मिलते हैं जी, जी। मैं उन्होंने सजेस्ट करा कि वह कंसिडर कर आम आदमी पार्टी ज्वाइन करना, उन्होंने पर्सनल डिसीजन है, विचार जोशी जी के रलते हैं आम आदमी कर रही है जोशी जी जी। थैंक यू सो मच महीपाल जी। जोशी जी ये बारे में थोड़े नाल डिटेल में पूछना चाहती कि तुहाडा अगला स्टैप की होगा, किस पार्टी के नाल किस डायरेक्शन में तुसी जा रहे हो, एक छोटी जी ब्रेक लेते सानू रुकना पै रहा है, इस तरह साडे नाल जुड़े रहो, व्यूअर्स बेनती करते हैं तुसी भी जुड़े रहो, तुहाडी कॉल्स जरूर चुकांगे ब्रेक तो उस बाद। ब्रेक तो बाद मुड़ हाजिर हैं, साडे नाल जुड़े हैं अनिल जोशी जी, फॉर्मर लीडर पंजाब बीजेपी पार्टी वालों। अनिल जोशी जी एक बार फिर तुहाडा प्रोग्राम दे विच स्वागत करदे। जोशी जी तुहाडे लई मैं कहांगी सब तो वड्डा अज सवाल यही बनता है कि तुहाडा नैक्सट कदम की होएगा, तो कौन तुसी सोचदे हो कौन मैरिट बेस्ड चेहरा हैगा पंजाब दे अगले सीएम लई? बट इस तो पहले कॉलर्स तो मैं थोड़े जे विचार होर लैना चाहुंदी। सत श्री अकाल तुसी ऑन एयर हो। हाँ जी सत श्री अकाल शीतला जी, बहुत अच्छा प्रोग्राम लेके आया जी, बड़ा अच्छा गेस्ट लेके आया जी। मैं जोशी साहब नूं कहना बड़ी बड़ी सोहनी सोहनी गल्लां कीतियां, पंजाब दे नाल पंजाबी दे नाल बड़ा उहनां दा प्यार है जी। ते मैं सिर्फ यही जानना चाहुंदा जिले इन्हां ने लॉ पास किया सी उस टाइम ये उहनां दे विच बैठे सी जिले कानून वो पास हो रहे सी, इन्हां ने कोई अपनी राय दित्ती सी? ते उस तों इलावा जिहड़े हुण पंजाब दे जिहड़े बीजेपी दे लीडर है जोशी जी
ਨਹੀਂ ਅਸ਼ਮਿਤਾ ਜੀ, ਨਹੀਂ ਇਹ ਤੇ ਪਾਰਲੀਮੈਂਟ 'ਚ ਪਾਸ ਹੁੰਦੇ ਆ, ਇਹ ਮੋਦੀ ਗਵਰਨਮੈਂਟ ਵੱਲੋਂ ਫਾਰਮਰ ਲਾ ਲਿਆਂਦੇ ਗਏ ਆ, ਤੇ ਇਹ ਤੇ ਗੱਲ ਜਿਹੜੀ ਆ, ਅਸੀਂ ਤੇ ਮੈਂ ਤੇ ਤੁਹਾਨੂੰ ਦੱਸਿਆ ਵਾ ਕਿ ਐਕਸ ਮਿਨਿਸਟਰ ਆ, ਤੇ ਐਕਸ ਮਿਨਿਸਟਰ ਕੋਈ ਐਡਾ ਡੈਜ਼ਿਗਨੇਸ਼ਨ ਨਹੀਂ ਹੁੰਦੀ ਪਾਰਟੀ ਦੇ ਵਿੱਚ ਐਜ਼ ਏ ਕਾਰਜਕਰਤਾ ਆਮ। ਜੇ ਮੇਰੀ ਤੇ ਪੰਜਾਬ ਦੇ ਵਿੱਚ ਇਹਨਾਂ ਨਾਲ ਤੁਹਾਨੂੰ ਦੱਸਿਆ ਸਭ ਜੂਨੀਅਰ ਆ, ਠੀਕ ਪੋਸਟਾਂ ਤੇ ਬੈਠੇ ਆ, ਕੋਈ ਪੰਜਾਬ ਪ੍ਰਧਾਨ ਹੈ, ਕੋਈ ਜਨਰਲ ਸੈਕਟਰੀ ਆ, ਪਰ ਇਹਨਾਂ ਨੇ ਨਹੀਂ ਗੱਲ ਸੁਣੀ ਤੇ ਉੱਥੇ ਸਰਕਾਰ ਦੇ ਵਿੱਚ। ਜੋਸ਼ੀ ਜੀ, ਜੋਸ਼ੀ ਜੀ, ਕਰੰਟ ਪ੍ਰਧਾਨ ਅਸ਼ਵਨੀ ਸ਼ਰਮਾ ਜੀ ਦੇ ਨਾਲ ਤੁਹਾਡੀ ਕੋਈ ਬੈਠਕ ਕੋਈ ਗੱਲ ਇਸ ਵੇਲੇ ਚੱਲ ਰਹੀ ਹੈ? ਨਹੀਂ ਹੁਣ ਨਹੀਂ, ਹੁਣ ਤੇ ਮੈਂ ਪਾਰਟੀ ਚ ਨਹੀਂ ਹੈਗਾ, ਹੁਣ ਤੇ ਮੈਂ ਤੁਹਾਨੂੰ ਦੱਸਿਆ ਮੇਰੀ ਸੋਚ ਇਸ ਵੇਲੇ ਬਿਲਕੁਲ ਇੰਡੀਪੈਂਡੈਂਟ ਆ, ਆਜ਼ਾਦ ਹੋ ਚੁੱਕੀ ਹੈ, ਮੇਰੀ ਆਜ਼ਾਦ ਆਜ਼ਾਦ ਹੋ ਸੋਚ ਆ, ਚੁੱਕੀ ਹੈ, ਤੇ ਮੈਂ ਉਹ ਸੋਚਦਾ ਕੀ ਪੰਜਾਬ ਚ ਹੋਣਾ ਚਾਹੀਦਾ, ਜੀ ਜੀ, ਕੀ ਪੰਜਾਬੀਆਂ ਨੂੰ ਜੀ ਕਰਨਾ ਚਾਹੀਦਾ, ਜੀ ਤੇ ਪਾਰਟੀ ਦੇ ਜਿਹੜੇ 90% ਜਿਹੜੇ ਲੋਕ ਆ ਜਿਹੜੇ ਮੈਨੂੰ ਫੋਨ ਕਰਦੇ ਆ, ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਵੀ ਵੋਕਲ ਹੋ ਕੇ ਗੱਲ ਕਰੋ, ਜੀ ਉਠੋ, ਸਤਿ ਸ਼੍ਰੀ ਅਕਾਲ, ਕੁਝ ਤੁਸੀਂ ਸਮਝ ਲੱਗੇ, ਇਹਨਾਂ ਤੇ ਪ੍ਰੈਸ਼ਰ ਬਣਾਓ ਜੋਸ਼ੀ ਜੀ, ਅੰਨਦਾਤਾ ਜਿਹੜਾ 11 ਮਹੀਨੇ ਹੋ ਗਿਆ ਹੋਰ ਨਾ ਭਾਓ ਇਹਨਾਂ। ਜੀ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈਗਾ, ਤੁਹਾਡਾ ਕੋਈ ਸਵਾਲ, ਕੁਐਸਚਨ, ਕਮੈਂਟ? ਜੀ ਅਸ਼ਮੀਤਾ ਜੀ, ਤੁਸੀਂ ਬਹੁਤ ਚੰਗਾ ਪ੍ਰੋਗਰਾਮ ਲੈ ਕੇ ਆਏ ਜੇ, ਪਰਸਨ ਟੂ ਪਰਸਨ ਜੋਸ਼ੀ ਸਾਹਿਬ ਨਾਲ ਗੱਲ ਕਰ ਰਿਹਾ, ਮੈਂ ਪਹਿਲੇ ਜੋਸ਼ੀ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ, ਪਰ ਇਹਨਾਂ ਨੇ ਫਿਰ ਵੀ ਮੁੱਦਾ ਚੁੱਕਿਆ ਕਿਸਾਨਾਂ ਦਾ ਫਰੋਮ ਪਾਰਟੀ, ਜਿਵੇਂ ਸਿੱਧੂ ਨੇ ਕਾਂਗਰਸ ਪਾਰਟੀ ਦੀ ਖਿਲਾਫਤ ਕੀਤੀ, ਇਹਨਾਂ ਬੀਜੇਪੀ ਦੀ, ਦੇ ਆਰ ਰੀਅਲ ਪਰਸਨ, ਇਜ਼ ਰੀਅਲ ਮੈਨ। ਥੈਂਕ ਯੂ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ, ਤੁਸੀਂ ਔਨ ਏਅਰ ਹੋ, ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਤੁਹਾਡੇ ਕੋਲ 30 seconds ਹੈਗੇ, ਤੁਹਾਡਾ ਕੁਐਸਚਨ, ਕਮੈਂਟ? ਕਮੈਂਟ ਅਸਮਿਤਾ ਜੀ, ਪਹਿਲਾਂ ਤਾਂ ਤੁਹਾਨੂੰ ਵਧਾਈ ਹੈ, ਇਸ ਕਰਕੇ ਤੁਸੀਂ ਚੰਗੀ ਕੁੱਖ ਦੇ ਜਾਈ ਆ ਬੇਟਾ, ਇਸ ਕਰਕੇ ਤੁਹਾਨੂੰ ਪਿਆਰ ਵੀ ਆ ਸਾਡਿਆਂ ਨੂੰ। ਥੈਂਕ ਯੂ ਜੀ, ਥੈਂਕ ਯੂ। ਮੈਂ ਅਰਜਨ ਸਿੰਘ ਹੰਡਾਨ ਬੋਲਦਾ, ਤੂੰ ਜਾਣਦੀ ਹੁੰਦੀ ਹੈ। ਹਾਂਜੀ ਹਾਂਜੀ ਹਾਂਜੀ, ਆਫ ਕੋਰਸ ਸਰ। ਸਰ, ਤੁਹਾਡਾ ਸਾਡੇ ਗੈਸਟ ਲਈ ਕੋਈ ਕਮੈਂਟ ਜੋਸ਼ੀ ਜੀ ਲਈ? ਜੋਸ਼ੀ ਜੀ, ਜੋ ਇਹਨਾਂ ਕਿਹਾ, ਇਹਨਾਂ ਪੰਜਾਬ ਨੂੰ ਪੰਜਾਬੀ ਤਾਂ ਸਮਝ ਕੇ ਦੱਸਿਆ, ਇਨਸਾਨੀਅਤ ਦੱਸੀ ਆ, ਤੇ ਇਹਨਾਂ ਦੇ ਸ਼ਬਦਾਂ ਦਾ, ਇੱਕ ਇੱਕ ਸ਼ਬਦ ਦਾ ਅਸੀਂ ਧੰਨਵਾਦ ਕਰਦੇ ਹਾਂ, ਤੇ ਤੁਹਾਡਾ ਤੇ ਇਹਨਾਂ ਦੇ ਲਿਆਉਣ ਦਾ। ਜੋ ਜਾਦੂ ਸਿੰਘ ਪ੍ਰੇਮਪੁਰਾ ਜੀ ਕਹਿ ਗਏ, ਅਸੀਂ ਉਹਨਾਂ ਦੇ ਸ਼ਬਦਾਂ ਨੂੰ, ਉਹਨਾਂ ਨੂੰ ਵਧਾਈ ਦਿੰਦੇ ਹਾਂ ਜਿੱਦਾਂ ਦੇ ਉਹ ਇਹਨਾਂ ਨੂੰ ਸੁਝਾਅ ਦੇ ਕੇ ਗਏ। ਜੀ ਬਿਲਕੁਲ ਬਿਲਕੁਲ, ਇਹਨਾਂ ਦੀ ਸੋਚਣੀ ਦੀ ਅਸੀਂ ਧੰਨਵਾਦ ਕਰਦੇ, ਇਹਨਾਂ ਜ਼ਿਮੀਂਦਾਰੇ ਨੂੰ ਸਮਝ ਕੇ ਉਹ ਵੀ ਦੱਸਿਆ ਵੀ ਜ਼ਿਮੀਂਦਾਰਾ ਕਿੱਦਾਂ ਹੁੰਦਾ। ਜੀ ਜੀ ਜੀ, ਥੈਂਕ ਯੂ ਸੋ ਮਚ ਸਰ, ਸੋਰੀ ਸਾਨੂੰ ਇੱਥੇ ਸਮਾਂ ਜ਼ਿਆਦਾ ਇਜਾਜ਼ਤ ਨਹੀਂ ਦਿੰਦਾ। ਜੋਸ਼ੀ ਜੀ, ਜਾਂਦੇ ਆਉਂਦੇ ਮੈਂ ਤੁਹਾਡੇ ਲਈ ਇਹੀ ਕੁਐਸਚਨ ਰੱਖਣਾ ਚਾਹੁੰਦੀ ਹਾਂ, ਤੁਹਾਡਾ ਅਗਲਾ ਕਦਮ ਕੀ ਹੋਏਗਾ, ਕਿਸ ਪਾਰਟੀ ਵੱਲ ਤੁਸੀਂ ਸੋਚ ਰਹੇ ਹੋ ਤੁਰਨ ਦੀ? ਅਸ਼ਮਤਾ ਜੀ, ਜਿਹੜਾ ਇਨਸਾਨ ਜਿਹੜਾ ਵਾ ਨਾ, ਜਿਹੜਾ ਜਿਹੜਾ ਲਾਈਫ 'ਚ ਕੰਮ ਕਰਦਾ, ਜ਼ਿੰਦਗੀ ਕਿੰਨੀ ਕਿਆ, ਮੈਂ ਤਾਂ ਕਹਿੰਦਾ ਵਾ ਵੀ ਜ਼ਮੀਰ ਕਦੀ ਮਾਰਨੀ ਨਹੀਂ ਚਾਹੀਦੀ। ਮੈਂ ਨਾ ਅੱਜ ਤੱਕ ਮੈਂ MLA ਸੀ, ਮੈਂ ਤਦ ਪਾਰਟੀ ਦੇ ਖਿਲਾਫ ਧਰਨਾ ਲਾਇਆ ਸੀ, ਅਤੇ ਸਰਕਾਰ ਦੇ ਖਿਲਾਫ ਵੀ ਬਹੁਤ ਧਰਨੇ MLA ਦੇ ਟਾਈਮ 'ਤੇ, ਆਪਣੀ ਗਵਰਨਮੈਂਟ ਦੇ ਖਿਲਾਫ, ਲੋਕਾਂ ਦੇ ਮੁੱਦਿਆਂ 'ਤੇ ਵੀ, ਜੋ ਲੋਕ ਚਾਹੁੰਦੇ ਆ ਉਹ ਕਰੋ, ਕਿਉਂਕਿ ਮੈਨੂੰ ਲੋਕਾਂ ਨੇ ਚੁਣ ਕੇ ਭੇਜਿਆ। ਮੈਂ ਮੰਤਰੀ ਸੀ, ਮੈਂ ਉਸ ਵੇਲੇ ਕੈਬਨਿਟ ਦੇ ਵਿੱਚ ਵੀ ਅਤੇ ਓਪਨ ਵੀ, ਮੈਂ ਕਿਉਂਕਿ ਬਾਦਲ ਸਾਹਿਬ ਸਾਡੇ CM ਸੀਗੇ, ਡਿਪਟੀ CM ਸੁਖਬੀਰ ਜੀ ਸੀਗੇ, ਅਤੇ ਮੇਰੀ ਉਸ ਤਰ੍ਹਾਂ ਕੋਈ ਗੱਲ ਨਹੀਂ, ਮਤਲਬ ਨਿੱਜੀ ਮੇਰੀ ਪ੍ਰੇਮ ਪਿਆਰ ਸਭ ਕੁਛ ਸੀ, ਪਰ ਮੈਂ ਮੁੱਦਿਆਂ ਦੇ ਉੱਤੇ ਲੋਕਾਂ ਕਰਕੇ ਉਦੋਂ ਵੀ ਧਰਨਾ ਅਤੇ ਸਟੈਂਡ ਲੈਂਦਾ ਸੀ ਪੂਰਾ। ਕਈ ਵਾਰੀ ਮੈਂ ਵੀ ਕਹਿ ਦਿੰਦਾ ਮੈਂ ਕੈਬਨਿਟ 'ਚ ਉੱਠ ਕੇ ਚੱਲ ਜੂੰਗਾ ਜੇ ਇਹ ਚੀਜ਼ ਜੇ ਨਾ ਹੋਈ ਜੋ ਲੋਕ ਚਾਹੁੰਦੇ ਆ। ਜੋਸ਼ੀ ਜੀ, ਜੋਸ਼ੀ ਜੀ, ਮੈਂ ਹਮੇਸ਼ਾ ਹੀ ਆਪਣੀ ਤੇ, ਆਈ ਐਮ ਸੌਰੀ, ਆਈ ਐਮ ਰੀਲੀ ਸੌਰੀ, ਪਲੀਜ਼ ਮਾਈ ਨਾ ਕਰੋ, ਤੁਹਾਡਾ ਤੁਹਾਡਾ ਜਵਾਬ, ਤੁਹਾਡਾ ਜਵਾਬ ਚਾਹੀਦਾ, ਸਾਡੇ ਕੋਲ ਸਮਾਂ ਜ਼ਿਆਦਾ ਨਹੀਂ ਹੈਗਾ, ਤੁਹਾਡਾ ਅਗਲਾ ਕਦਮ ਕੀ ਹੋਣ ਵਾਲਾ ਹੈ? ਇਹ ਕਾਲਰ ਤੋਂ ਜਿਹੜੀ ਇੱਜ਼ਤ ਮਿਲਦੀ ਪਈ, ਨਾ ਮਿਨਿਸਟਰੀਅਤ ਤੋਂ ਉੱਪਰ ਆ, ਨਾ MLA-ship ਤੋਂ ਉੱਪਰ ਆ, ਜਾਂ ਮੈਨੂੰ ਜਿਹੜੇ ਕਮੈਂਟ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਮਿਲਦੇ ਆ ਮੇਰੇ ਆਪਣਾ ਫੇਸਬੁੱਕ 'ਤੇ ਜਾਂ ਉਸ ਤੋਂ ਉੱਪਰ, ਕੁਛ ਨਹੀਂ ਹੈਗਾ। ਮੈਂ ਤਾਂ ਹੀ ਆਖਿਆ ਨਾ ਕਿ ਅਸਲੀਅਤ, ਹਕੀਕਤ, ਲੋਕਾਂ ਦੀ ਗੱਲ, ਲੋਕਾਂ ਦੇ ਜੇ ਨੁਮਾਇੰਦੇ ਜੇ ਤੇ ਲੋਕਾਂ ਦੀ ਗੱਲ ਕਰੋ, ਲੋਕ ਇੱਜ਼ਤ ਦੇਣਗੇ। ਲੋਕਾਂ ਦੇ ਜੇ ਪੰਜਾਬ ਦੇ ਜੇ ਤੇ ਪੰਜਾਬ ਦੇ ਵਾਸਤੇ ਉੱਠ ਕੇ ਖੜੇ ਹੋ, ਲੋਕੀ ਇੱਜ਼ਤ ਦੇਣਗੇ। ਆਪਣੀ ਜ਼ਮੀਰ ਵੀ ਜਿਹੜੀ ਆ ਨਾ, ਤੇ ਉਹ ਵੀ ਕਾਇਮ ਰਹੂਗੀ। ਆਪਣੀ ਸੈਟਿਸਫੈਕਸ਼ਨ ਜਿਹੜੀ ਆ ਨਾ, ਮਨ ਦੀ ਜਿਹੜੀ ਆ, ਉਹ ਵੀ ਵਧੀਆ ਹੋਊਗੀ। ਤੇ ਇਹ ਕੁਛ ਨਹੀਂ ਹੈਗਾ ਮਿਨਿਸਟਰੀਆਂ, MLA-ship ਮੈਨੂੰ ਕੋਈ ਤਮਾ ਨਹੀਂ ਹੈਗੀ। ਮੈਂ ਸਭ ਤੋਂ ਵੱਡੀਆਂ ਮਿਨਿਸਟਰੀਆਂ 'ਚ ਰਹਿ ਲਿਆ, ਅੰਮ੍ਰਿਤਸਰ ਸਾਹਿਬ, ਮੈਂ ਗਵਰਨਮੈਂਟ, ਲੋਕਲ ਗਵਰਨਮੈਂਟ ਸੀ ਮੇਰੇ ਕੋਲ, ਸ਼ਹਿਰੀ ਡਿਵੈਲਪਮੈਂਟ ਜਿਹੜੀ ਆ ਉਹ ਮੇਰੇ ਕੋਲ ਸੀ, ਅਤੇ ਜਦੋਂ ਅਸੀਂ ਕੰਮ ਕੀਤਾ ਨਾ,
उस वेले 2.5 गुणा टूरिस्ट इत्थे अमृतसर साहब दे विच वधिया, यूरोप वर्गा बनाता सी। जोशी जी काम भी कीता वा, तुसी राजनीति तो रिटायर हो रहे हो या वापस आओगे? तुसी राजनीति दे विच वापस आओगे या रिटायर हो रहे हो ऑफिशियल तौर ते? तुहाडा अगला कदम सर? अमृतसर गुरु दी नगरी दे लोकां ते छड्डदा अपनी कॉन्स्टिट्यूएंसी ते, जिहड़े कॉन्स्टिट्यूएंसी दे लोक जो चाहणगे ओह करूंगा, क्योंकि मैं जे अगे लोकां दी गल कीती आ अगों भी लोगों की करूंगा। पार्टियां तकरीबन एको जी होंदियां, पर पंजाब की गल करन वास्ते जिहड़ा बंदा आखूगा ना मेरे को एजेंडा मैनू दिल्ली वाल ना वेखना पवे, मैनू कहीं हुक्म ना लैना पवे, मेरी मानसिकता आजाद होवे ते आजादी ना मैं सिर्फ पंजाब बारे सोचा, पंजाब के लोगों बारे सोचा, एहो जिहा कोई एजेंडा लैके आऊगा तो फिर कोई गल नहीं, देखांगे। नहीं तो मैनू काली कोई नहीं, हले 7 महीने पए आ, मैं तो इंज ही चल जा तो मेरे लोग जिताउण नू तैयार बैठे, मैं जिन्ना काम कीता। बिल्कुल, ये तो साढ़े कॉलर्स ने बिल्कुल जाहिर ही किया है तुहाडे नाल। थैंक यू सो मच अनिल जोशी जी, तुसीं साढ़े नाल अज जुड़े, तुहाडे टाइम लई एक बार फिर आपां धन्नवादी हाँ। जरूर साढ़े नाल वापस आके जुड़ो तो दसो कि तुहाडा अक्सर आखिरकार अगला कदम होन की जा रहा है, क्योंकि अच्छा सानूं क्लीयर जवाब नहीं दिता, बट जरूर वापस तुसीं आओ। हैव अ गुड रेस्ट ऑफ योर डे सर, फिर गल करांगे 2-3 महीने बाद जदों भी आखोगे। बहुत बहुत धन्यवाद जी, सत श्री अकाल। इहदे नाल ही प्रोग्राम की समाप्ति करते हैं। साढ़े गैसट लिए अनिल जोशी जी, साढ़े लिए कोई क्वेश्चन कॉमेंट्स कंसर्न अगर थोड़ी कॉल नहीं लै पाए वे माफी मंगते हैं। जरूर तुम सूँ लिख सकते हो info@justbroadcasting.com, ashmita@justbroadcasting.com। हूँ मैंने दो इजाजत, सत श्री अकाल।